ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਵਕਤ ਨਾਨਕ ਦੇ ਕਰ ਵਕਤ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਪਾਵਨ ਗੋਦ ਜਿੱਥੇ ਆਪ ਜੀ ਪਿਛਲੇ ਦਿਨਾਂ ਵਿੱਚ ਬਚਨ ਸੁਣ ਰਹੇ ਹੋ ਥਿਰ ਘਰ ਬੈਸੋ ਅਰਦਾਸ ਕਰੋ ਥਿਰ ਕਰਕੇ ਬਹਿਣਾ ਆ ਜਾਏ ਜਿਸ ਤਰ੍ਹਾਂ ਸਰੀਰ ਦਾ ਚੌਂਕੜਾ ਵੱਜਾਏ ਇਸ ਤਰ੍ਹਾਂ ਕਿਤੇ ਅੰਦਰ ਦਾ ਚੌਂਕੜਾ ਵੱਜ ਜਾਏ ਆਖੋ ਵਾਹਿਗੁਰੂ ਪਕੜ ਰਹੇ ਹੋ ਜਿਸ ਤਰ੍ਹਾਂ ਇਸ ਤਰ੍ਹਾਂ ਕਿਤੇ ਅੰਦਰ ਵੀ ਟਿਕ ਕੇ ਰਹਿ ਜਾਏ ਇੱਕ ਸਰਕਾਰ ਨੇ ਬਚਨ ਕੀਤਾ ਆਖੋ ਵਾਹਿਗੁਰੂ ਮਨ ਰੇ ਬੋਲੋ ਭੱਜਦਾ ਕੌਣ ਹੈ ਸਰੀਰ ਕੇ ਮਨ ਮਨ ਨਾਲ ਗੱਲ ਕਰੋ ਮਨ ਰੇ ਥਿਰ ਰਹੋ ਅਰਥ ਤੇ ਆ ਹੀ ਗਿਆ ਆ ਗਿਆ ਨਾ
ਵੀ ਟਿਕ ਜਾ, ਇਹਦਾ ਮਤਲਬ ਟਿਕ ਜਾ। ਮਤ ਕਤ ਚਾਹੀ ਜੀਓ, ਮਤ ਮਤਾਂ ਕਿਤੇ ਇਸ ਘਰ ਚੋਂ ਬਾਹਰ ਚੱਲ ਜਾਏ। ਆਖੋ ਵਾਹਿਗੁਰੂ, ਭੱਜਣ ਦੀ ਮੈਨੂੰ ਜ਼ਰੂਰਤ ਕੋਈ ਨਹੀਂ, ਸਬਜ ਤੇ ਸ਼ਬਦ ਤੇ ਇੱਕੋ ਬੜਾ ਜੇ ਸਮਝ ਆ ਜਾਂਦੇ ਵੀ ਕਿਤੇ ਰੋਜ਼ ਆਪਾਂ ਪਾਠ ਕਰਨ ਬੈਠੇ, ਸੰਗਤ ਵਿੱਚ ਬੈਠੇ, ਪਹਿਲੋਂ ਇਹਦੇ ਨਾਲ ਗੱਲ ਕਰ ਲਈਏ ਜਿਹਨੇ ਇਸ ਕੋਠੇ ਨੂੰ ਇੱਥੇ ਬਾ ਕੇ ਤੇ ਆਪ ਦੌੜ ਜਾਣਾ, ਇਹਦੇ ਨਾਲ ਗੱਲਾਂ ਕਰ ਲਈਏ। ਆਖੋ ਵਾਹਿਗੁਰੂ, ਵਾਹਿਗੁਰੂ ਮਨ ਰੇ, ਬੋਲੋ ਮਨ ਰੇ, ਫਿਰ ਦ੍ਰਿੜ ਕਰ ਲਓ ਕੋਈ ਕਾਹਲੀ ਨਹੀਂ, ਮਨ ਰੇ ਥਿਰ ਰਹੋ, ਕਹੋ ਹਾਂ ਭਲਾ ਕਹੋ, ਮਤ ਕੱਤ ਜਾਹੀ ਜੀਓ, ਮਤਾਂ ਕਿਤੇ ਉਧਰੋਂ ਗੁਰੂ ਦੇ ਸ਼ਬਦ ਦੇ ਅੰਮ੍ਰਿਤ ਵਰਸਣ ਲੱਗੇ ਤੇ ਤੂੰ ਕਿਤੇ ਚਲਿਆ ਜਾਵੇਂ, ਭੱਜ ਜਾਏ ਤੇ ਭੱਜ ਜਾਂਦਾ ਹੈ। ਆਖੋ ਵਾਹਿਗੁਰੂ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਇੱਥੋਂ ਭੱਜ ਕੇ ਤੂੰ ਬਾਹਰ ਜਾ ਕੇ ਬੜੇ ਦੁੱਖ ਪਾਏ ਨੇ ਤੇ ਪਾਏਗਾ ਜੇ ਤੂੰ ਟਿਕਿਓ ਨਾ ਤੇ। ਆਖੋ ਵਾਹਿਗੁਰੂ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ। ਮੈਂ ਕਿਹਾ ਤੁਹਾਡੇ ਚੌਂਕੀਦਾਰ ਨੇ ਬਚਨ ਕੀਤਾ ਸੀ ਲੁਧਿਆਣੇ ਦੁੱਖ ਨਿਵਾਰਨ ਸਾਹਿਬ ਵੀ ਕਿਸੇ ਨੇ ਬੰਬੀ ਦਾ ਪੈਪ ਲਾਇਆ ਮੱਝ ਨਵਾਉਣ ਨੂੰ, ਪਤਾ ਲੱਗ ਰਿਹਾ ਵੀ ਮੱਝ ਨੂੰ ਤੇ ਬੇਧਿਆਨਾ ਹੋ ਗਿਆ, ਮੱਝ ਥੱਲਿਓ ਦੌੜ ਗਈ, ਸਮਝ ਰਹੇ ਹੋ ਕੁਛ, ਤੇ ਪੈਪ ਚੱਲਦਾ ਰਿਹਾ ਬੇਧਿਆਨਾ ਹੀ ਹੋ ਕੇ, ਪਾਣੀ ਚਲਾਉਂਦਾ ਰਿਹਾ, ਬਿਜਲੀ ਵੀ ਖਰਚ ਹੋਈ, ਪਾਣੀ ਵੀ ਖਰਾਬ ਹੋਇਆ, ਮਗਰ ਮੱਝ ਸੁੱਕੀ ਦੀ ਸੁੱਕੀ ਰਹਿ ਗਈ। ਮੱਝ ਕਿਹੜੀ? ਮਤ ਮਨ ਸਾਡਾ ਜਿਹੜਾ ਹੈ, ਉਧਰੋਂ ਅੰਮ੍ਰਿਤ ਵਰਸਣ ਲੱਗ ਪੈਂਦਾ ਹੈ, ਇਹ ਦੌੜ ਜਾਂਦਾ ਹੈ, ਬਾਲੋ ਇਹਨੂੰ ਮੋਰੋ ਚੋਲੜਾ, ਇਹਦੇ ਉੱਤੇ ਉਹ ਪੈਪ ਦਾ ਪਾਣੀ ਮਾਰੀਏ, ਅੰਮ੍ਰਿਤ ਦੀ ਵਰਖਾ ਕਰੀਏ, ਜਨਮਾਂ ਦੀ ਮੈਲੀ ਹੋਈ ਚਿੱਕੜ ਵਿੱਚ ਲੇਟ ਲੇਟ ਕੇ ਜਿਸ ਤਰ੍ਹਾਂ ਮੱਝ ਗੱਦੀ ਹੋਈ ਹੁੰਦੀ ਉਤਰਾ ਹੀ ਇਹ ਜੇ ਚੰਗੀ ਤਰ੍ਹਾਂ ਚੇਤਾ ਰੱਖਿਓ। ਆਖੋ ਵਾਹਿਗੁਰੂ, ਉਹਨੂੰ ਵੀ ਚਿੱਚੜ ਚਮੜੇ ਹੁੰਦੇ ਆ, ਉਹਨੂੰ ਵੀ ਕਿਨੂੰ, ਇਹਨੂੰ ਵੀ, ਸਾਡੀ ਮੱਤ ਨੂੰ ਵੀ, ਪਤਾ ਨੀ ਕਿੰਨੇ ਚਿੱਚੜ ਚਮੜੇ ਨੇ, ਆਓ ਸਾਫ਼ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੁੜ ਕੇ ਧੀਓ ਜੁੜ ਕੇ ਆਵਾਜ਼ ਰਸ ਵਿੱਚ ਆਣ ਕੇ, ਵਾਹਿਗੁਰੂ 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 ਵਾਹਿਗੁਰੂ, ਧੁਨੀ ਚ ਲੈਣ ਚ ਲੱਗਣ ਵਾਲੇ ਹੋ ਤੁਸੀਂ ਵੀ ਜਪੋ, ਪੁੱਤ ਸਾਰੇ ਜਪੋ, ਭੈਣ ਭਰਾ ਗੁਰਮੁਖ ਜਪੋ, ਇੱਕ ਇੱਕ ਸਵਾਦ ਦੀ ਕੀਮਤ ਆ।
ਟਾਈਮ ਨੂੰ ਸੰਗਤ ਕਹਿੰਦੇ ਜੇ, ਮਤਾਂ ਕਿਤੇ ਇਕੱਠ ਨੂੰ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਭਾਈ ਨੰਦ ਲਾਲ ਸਾਹਿਬ ਨੇ ਇੱਕ ਵਚਨ ਕੀਤਾ, ਸੁਣਿਓ ਭਾਸ਼ਾ ਤੇ ਹੋ ਰਿਹਾ। ਐ ਹਜੂਮੇ ਖੁਸ਼ ਹਜੂਮੇ ਨੇ ਇਕੱਠ ਇਕੱਠ ਕਹਿੰਦੇ, ਉਹ ਇਕੱਠ ਬੜਾ ਖੁਸ਼ੀ ਦਿੰਦਾ ਹੈ। ਕਿਹੜਾ? ਬਰਾਏ ਬੰਦਗੀ ਅਸਤ, ਉਹ ਇਕੱਠ ਬੜਾ ਚੰਗਾ ਹੈ ਜੇ ਬੰਦਗੀ ਕਰਨ ਨੂੰ ਇਕੱਠਾ ਹੋਇਆ ਤੇ। ਆਖੋ ਵਾਹਿਗੁਰੂ, ਪਤਾ ਲੱਗਾ ਜੀ। ਐ ਹਜ਼ੂਮੇ ਖੁਸ਼, ਬੜੀ ਖੁਸ਼ੀ ਦੀ ਗੱਲ ਆ ਕੋਈ ਇਕੱਠਾ ਹੋਵੇ, ਚਾਰ ਬੰਦੇ ਬੋਲੋ, ਚਾਰ ਬੰਦੇ ਇਕੱਠੇ ਹੋਣ ਬਹਿਣ, ਮਗਰ ਉਹਨਾਂ ਦਾ ਮਕਸਦ ਕੀ ਹੋਵੇ? ਬੰਦਗੀ ਕਰਨੀ। ਬਰਾਏ ਬੰਦਗੀ ਅਸਤ, ਦੂਸਰੀ ਤੁਕ ਲਿਖਦੇ, ਆਖੋ ਵਾਹਿਗੁਰੂ। ਐ ਹਜ਼ੂਮੇ ਖੁਸ਼, ਇੱਕ ਹੋਰ ਖੁਸ਼ੀ ਦੀ ਗੱਲ ਆ, ਉਹ ਹਜੂਮ ਵੀ ਬੜਾ ਖੁਸ਼ੀ ਦਾ ਹੈ। ਬਰਾਏ ਜ਼ਿੰਦਗੀ ਅਸਤ, ਨਹੀਂ ਕਿੱਧਰ ਭੱਜ ਗਈ, ਚਲ ਗਈ, ਨਹੀਂ ਚਾਹੀਦਾ ਪੁੱਤ, ਟਿਕੀ ਦਾ ਪਹਿਲੋਂ ਕੀ ਕਿਹਾ ਵੀ ਇਕੱਠ ਬੜਾ ਖੁਸ਼ੀ ਵਾਲਾ ਹੈ ਜੇ ਬੰਦਗੀ ਕਰਨ ਨੂੰ ਲੋਕ ਇਕੱਠੇ ਹੋਣ ਤੇ। ਚੁਗਲੀਆਂ ਲਈ ਨਹੀਂ, ਆਖੋ ਵਾਹਿਗੁਰੂ। ਯਾਰ ਬੁੱਢੇ ਪਾਰਕ ਵਿੱਚ ਬਹਿੰਦੇ, ਮੈਨੂੰ ਨਹੀਂ ਪਤਾ ਕੌਣ ਨੇ, ਅਤੇ ਨਾ ਮੈਂ ਈਰਖਾ ਨਾਲ ਕਹਿ ਰਿਹਾ, ਬੰਦੇ ਉਹ ਵੀ ਚਾਰ ਇਕੱਠੇ ਹੋਏ ਨੇ ਮਗਰ ਨਾਮ ਜਪਣ ਨੂੰ ਨਹੀਂ। ਤੇਰੀ ਨੌਂ ਕੀ ਕਰ ਰਹੀ, ਮੇਰੀ ਨੌਂ ਕੀ ਕਰ ਰਹੀ, ਤੇਰਾ ਪੁੱਤ ਕੀ ਕਰ ਰਿਹਾ, ਮੇਰਾ ਪੁੱਤ ਕੀ ਕਰ ਰਿਹਾ, ਤੇਰਾ ਮੁੰਡਾ ਕਿੰਨੇ ਕਮਾ ਰਿਹਾ, ਮੇਰਾ ਮੁੰਡਾ ਕਿੰਨੇ ਕਮਾ ਰਿਹਾ, ਪਕੜ ਰਹੇ ਹੋ ਸਾਹਿਬ? ਕਿਤੇ ਇਕੱਠੇ ਤਾਂ ਹੋਣ ਲੋਕੀ, ਮਗਰ ਉਹਨਾਂ ਦਾ ਮਕਸਦ ਕੀ ਹੋਵੇ? ਬਰਾਏ ਬੰਦਗੀ ਅਸਤ, ਬੋਲੋ ਬਰਾਏ। ਦੂਸਰਾ ਵਚਨ ਕੀਤਾ, ਐ ਹਜੂਮੇ ਖੁਸ਼, ਬਰਾਏ ਜ਼ਿੰਦਗੀ ਅਸਤ, ਇਕੱਠੇ ਹੋ ਕੇ ਲੋਕ ਆਪਣੀ ਜ਼ਿੰਦਗੀ ਬਾਰੇ ਸੋਚਣ। ਪਕੜ ਰਹੇ ਹੋ ਕਹਦੇ ਬਾਰੇ? ਜ਼ਿੰਦਗੀ ਬਾਰੇ ਵਿਚਾਰਾਂ ਕਰਨ। ਮੇਰੀ ਇੰਨੀ ਲੰਘ ਗਈ, ਤੇਰੀ ਇੰਨੀ ਲੰਘ ਗਈ, ਅੱਖ ਵਾਹਿਗੁਰੂ। ਬਾਬੇ ਫਰੀਦ ਨੇ ਕੀਤੀ ਵਿਚਾਰ ਤੇ ਆਪਣੇ ਆਪ ਨੂੰ ਕਹਿੰਦਾ, ਫਰੀਦਾ ਜੇ ਜਾਣਾ ਤਿਲ ਥੋੜਲੇ, ਇਹਨੂੰ ਕਹਿੰਦੇ ਜੇ ਵਿਚਾਰ ਵੀ ਜੇ ਮੈਂ ਕਿਤੇ ਜਾਣਦਾ ਜ਼ਿੰਦਗੀ ਦੇ ਸਵਾਸਾਂ ਦੇ ਤਿਲ ਕੁਝ ਭੁੱਲਣਾ ਥੋੜੇ ਨੇ, ਤੇ ਸੰਭਲ ਬੁੱਕ ਭਰੀ ਸਾਰੀ ਸਾਰੀ ਰਾਤ ਖਾ ਕੇ ਪਿਜੇ ਘਰਾੜੇ ਮਾਰਨੇ, ਇਹ ਬੁੱਕਾਂ ਦੇ ਬੁੱਕ ਸਵਾਸ ਗਵਾਉਣੇ ਨੇ, ਸਾਰੀ ਸਾਰੀ ਰਾਤ ਪਰੌਂਠੇ ਖਾ ਕੇ ਇਹਨਾਂ ਨੇ ਪ੍ਰਸ਼ਾਦੇ ਛੱਕ ਕੇ ਘਰਾੜੇ ਮਾਰਨੇ, ਸਮਝ ਲਓ ਸਵਾਸਾਂ ਦਾ ਤਿਲਾਂ ਦੇ ਬੁੱਕ ਭਰ ਭਰ ਕੇ ਸੁੱਟਣੇ ਨੇ। ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਛੋ ਨੱਡੜਾ ਤਾਂ ਥੋੜਾ ਮਾਣ ਕਰੀ। ਜੇ ਮੈਨੂੰ ਪਤਾ ਹੁੰਦਾ ਵੀ ਨਿੱਕੀ ਜਿਹੀ ਗੱਲ ਤੋਂ ਰੁੱਸ ਵੀ ਜਾਂਦਾ ਉਹ ਬੱਚਿਆਂ ਵਾਲਾ ਸੁਭਾਅ ਦਾ, ਆਖੋ ਵਾਹਿਗੁਰੂ, ਤੇ ਮੈਂ ਇੰਨੀ ਮਾਣ ਕਰਕੇ ਨਾ ਬਹਿ ਜਾਂਦੀ। ਐ ਹਜੂਮੇ ਖੁਸ਼ ਬਰਾਏ ਬੰਦਗੀ ਅਸਤ, ਕਿਤੇ ਬੰਦਗੀ ਕਰਨ ਨੂੰ ਲੋਕੀ ਇਕੱਠੇ ਹੋਏ ਹੋਣੇ। ਹੁਣ ਤੁਸੀਂ ਕਾਹਦੇ ਲਈ ਆਏ ਹੋ? ਪਰਮਜੀਤ ਸਿੰਘ ਨੂੰ ਵੇਖਣ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ, ਮਿਲਸਾ ਸੰਗਤ ਭਜ, ਇਸ ਕਰਕੇ ਆਏ ਹੋ ਨਾ ਵੀ ਉੱਥੇ ਕਿਤੇ ਬਹਿ ਕੇ ਦੋ ਮਿੰਟ ਵਾਹਿਗੁਰੂ ਵਾਹਿਗੁਰੂ ਜੁੜੋ ਜੀ ਜੁੜੋ, ਇਸ ਤਰ੍ਹਾਂ ਬੈਠੋ
ਵਾਹਿਗੁਰੂ 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 ਥੋੜਾ ਜਿਹਾ ਹੋਰ ਰਸ ਵਿੱਚ ਆਣ ਕੇ ਮੂੰਹ ਤੋਂ ਜ਼ੋਰ ਨਾਲ ਕਿਹਾ ਕਿ ਕੰਨਾਂ ਤੋਂ ਸੁਣੋ, ਇਹ ਮਨ ਅੰਨਾ ਤੇ ਬੋਲਾ ਹੈ, ਸੁਣਦਾ ਨਹੀਂ, ਇਹਨੂੰ ਸੁਣਾਓ ਵਾਹਿਗੁਰੂ 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 ਜੁੜਗੀਆਂ ਜੁੜਗੀਆਂ ਪੈਰਾਂ ਬਾਬਾ ਨਾਨਕ ਸਿਰ ਤੇ ਹੱਥ ਰੱਖੇ, ਸਮਰੱਥ ਗੁਰੂ ਸਿਰ ਤੇ ਹੱਥ ਰੱਖਦੇ, ਮਨ ਜੁੜ ਜਾਏ ਵਾਹਿਗੁਰੂ 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 ਸਤਨਾਮ ਸ੍ਰੀ। ਇੱਕ ਮਿੰਟ ਫਿਰ ਭੁੱਲੂੰਗਾ ਵੀਰ ਸਿਆ, ਬਰਾਏ ਜ਼ਿੰਦਗੀ ਅਸਤ, ਬਰਾਏ ਕੀ ਅਰਥ ਦੱਸਿਆ ਸੀ, ਕੋਈ ਆਪਣੀ ਜ਼ਿੰਦਗੀ ਬਾਰੇ ਸੋਚੇ, ਅਸੀਂ ਨਹੀਂ ਸੋਚਦੇ, ਬੀਤ ਜਾਏ ਬੀਤ ਜਾਏ, ਜਨਮ ਅਕਾਜ ਰਹੇ, ਕਿਸੇ ਕੰਮ ਆਏ ਜੇ 50 ਸਾਲ ਜਿਹੜੇ ਬਿਤਾਤੇ, ਬੋਲੋ ਨਾ ਜੀ, ਬੋਲੋ ਗੁਰੂ ਕਿਸੇ ਕੋਲ, ਜੇ ਆਏ ਤਾਂ ਦੱਸੋ ਬਹੁਰੇ ਕਿਆ ਪਾਇਆ ਜੱਗ ਆਏ, ਦੱਸੋ ਕੋਈ 4 ਪੈਸੇ ਕਮਾਏ ਆ, ਤੇ ਤੁਸੀਂ ਮੇਰੇ ਭਰਾ ਜੇ, ਮੇਰੀਆਂ ਧੀਆਂ, ਵੀਰ ਗੁਰਸਿੱਖ ਜੇ, ਆਓ ਜ਼ਿੰਦਗੀ ਬਾਰੇ ਸੋਚੀਏ, ਆਪਣੇ ਆਪ ਨੂੰ ਪੁੱਛੋ, ਬੌਰਾ ਕਹੋ ਇਹਨੂੰ, ਬੌਰਾ, ਬੌਰਾ ਕਹਿੰਦੇ ਪਾਗਲ ਨੂੰ, ਬੌਰੇ ਬੋਲੋ, ਕਿਆ ਪਾਇਆ ਜੱਗ ਆਏ, ਬੋਲੋ ਭਲਾ ਇਸ ਜਗਤ ਵਿੱਚ ਆਣ ਕੇ ਕੀ ਝੋਲੀ ਚ ਪਾਇਆ ਜੀ, ਰਾਮ ਹਿਰਦੇ ਨਹੀਂ, ਨਾ ਰਾਮ ਹਿਰਦੇ ਚ ਵਸਿਆ ਹੈ, ਨਾ ਗੁਰ ਕੀ ਸੇਵਾ, ਨਾ ਕਦੀ ਜੋੜੇ ਝਾੜੇ, ਓਪਰਿਆਂ ਨੂੰ ਗੁਰਦੁਆਰੇ ਆਉਣਾ ਹੈ, ਓਪਰਿਆਂ ਨੂੰ ਭੱਜ ਜਾਣਾ ਹੈ, ਐਸਾ ਹੀ ਆ ਕਿ ਮੈਂ ਗਲਤ ਕਹਿ ਰਿਹਾ, ਆਖੋ ਵਾਹਿਗੁਰੂ, ਆਪਣੇ ਘਰ ਵੀ ਵੜਦਾ ਹੈ ਤੇ ਕਹਿੰਦਾ ਮੇਰਾ ਘਰ ਆ, ਓਪਰਿਆਂ ਨੂੰ ਆਣ ਕੇ ਓਪਰਿਆਂ ਨੂੰ ਭੱਜਣਾ, ਰਾਮ ਹਿਰਦੇ ਨਹੀਂ, ਬੋਲੋ ਬੋਰੇ ਕਿਆ ਪਾਇਆ ਜੱਗ ਆਏ, ਆਪਣੇ ਆਪ ਨੂੰ ਕਹਿਣਾ ਬੋਰੇ, ਬੋਰੇ ਕਿਆ ਪਾਇਆ ਜੱਗ ਆਏ, ਬੋਰੇ ਰਾਮ ਹਿਰਦੇ ਨਹੀਂ ਗੁਰ ਕੀ ਸੇਵਾ, ਰਾਮ ਇਹਨਾਂ ਨਹੀਂ ਆ ਨਾ, ਇਹਨੂੰ ਦਿਲ ਹੀ ਦੀਵਕ ਕਹਿੰਦੇ ਵੀ ਦੋਵੇਂ ਪਾਸੇ ਲੱਗਦਾ, ਨਾ ਤਾਂ ਰਾਮ ਹਿਰਦੇ ਚ ਵਸਿਆ ਤੇ ਨਾ ਗੁਰੂ ਦੀ ਸੇਵਾ ਕੀਤੀ, ਚਾਲੇ ਮੂਲ ਗਵਾਏ, ਚਾਲੇ ਇੱਥੇ ਮੂਲ ਕਿਹਨੂੰ ਕਿਹਾ, ਸਵਾਸਾਂ ਨੂੰ, ਸਵਾਸ ਗਵਾ ਕੇ ਚੱਲ ਚੱਲਿਆ, ਨਾ ਰਾਮ ਹਿਰਦੇ ਚ ਵਸਿਆ, ਨਾ ਕੋਈ ਗੁਰੂ ਦੀ ਸੇਵਾ ਕੀਤੀ, ਬੋਰੇ ਕਿਆ ਪਾਇਆ, ਜ਼ਿੰਦਗੀ ਬਾਰੇ ਸੋਚੋ ਮੇਰੇ ਵੀਰੋ, ਜਿਹਦੀ 50 ਸਾਲ ਹੋ ਗਈ, ਇੱਕ ਵਾਰ ਜ਼ਰੂਰ ਹਿਸਾਬ ਕਿਤਾਬ ਕਰੋ 50 ਸਾਲਾਂ ਚ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ, ਪੁੱਛੋ ਤੇ ਸਹੀ,
ਇਹਨੂੰ ਖਵਾਈ ਜਾਂਦੇ ਹੋ, ਪੀਜੇ ਖਵਾਈ ਜਾਂਦੇ ਹੋ, ਤੇਲ ਮਲੀ ਜਾਂਦੇ ਹੋ, ਕਰੀਮਾਂ ਲਾਈ ਜਾਂਦੇ, ਕਦੇ ਇਹਨੂੰ ਪੁੱਛੋ ਵੀ ਕੀ ਕੀਤਾ ਜੀ ਇੱਥੇ ਆਣ ਕੇ, ਕਿਆ ਤੁਧ ਕਰਮ ਕਮਾਇਆ, ਗੱਲਾਂ ਕਰੋ ਇਹਦੇ ਨਾਲ। ਇਹ ਮੰਤਰ ਨਹੀਂ ਗੇ ਜਿਹੜੇ ਪੜ੍ਹੀ ਗਿਆ ਇਸ ਤਰ੍ਹਾਂ ਨਹੀਂ, ਗੱਲਾਂ ਨੇ ਗੁਰਬਾਣੀ ਨੇ ਕੀਤੀਆਂ। ਆਪਣੇ ਆਪ ਨਾਲ ਗੱਲ ਕਰੋ, ਇਹ ਸਰੀਰਾ ਮੇਰੇ ਆ ਬੋਲੋ, ਇਸ ਜੱਗ ਮੈਂ ਆਏ ਕਹਿ, ਇਸ ਜੱਗ ਵਿੱਚ ਜਦੋਂ ਦਾ ਆਇਆ ਹੈ ਦੱਸ ਮੇਰੇ ਨਾਲ ਗੱਲਾਂ ਕਰ, ਮੈਨੂੰ ਜਵਾਬ ਦੇ, ਮੈਂ ਮਾਲਕ ਹਾਂ ਤੇਰਾ। ਆਖੋ ਵਾਹਿਗੁਰੂ, ਇਸ ਨੂੰ ਕੂੜ ਬੋਲ ਬੋਲ ਕੇ ਆ ਖਵਾਈਏ, ਝੂਠ ਬੋਲ ਬੋਲ ਕੇ ਇਹਨੂੰ ਪਾਲ ਰਹੇ ਹੋ, ਇਹਨੂੰ ਪੁੱਛੋ ਵੀ, ਆਖੋ ਵਾਹਿਗੁਰੂ। ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਐਹ ਜੁਮੇ ਖੁਸ਼ ਬਰਾਏ, ਬੰਦਗੀ ਅਸਤ ਐਹ ਜੁਮੇ ਖੁਸ਼ ਬਰਾਏ, ਜ਼ਿੰਦਗੀ ਅਸਤ। ਜ਼ਿੰਦਗੀ ਬਾਰੇ ਕੁਛ ਸੋਚੋ, ਵਚਨ ਤੇ ਮੈਂ ਇਹ ਕਰ ਰਿਹਾ ਸੀ ਵੀ ਮਨ ਰੇ ਥਿਰ ਰਹੋ, ਟਿਕੋਗੇ ਨਾ ਤੇ ਫਿਰ ਆਪਣੇ ਆਪ ਨਾਲ ਗੱਲਾਂ ਵੀ ਕਰੋਗੇ। ਆਖੋ ਵਾਹਿਗੁਰੂ। ਵੇਖਿਆ ਜਦੋਂ ਤੁਸੀਂ ਘਰ ਵਿੱਚ ਕਈ ਵਾਰ ਇਕੱਲੇ ਹੁੰਦੇ ਹੋ ਤੇ ਫਿਰ ਆਪਣੇ ਨਾਲ ਗੱਲਾਂ ਕਰਦੇ ਹੋ, ਇਕੱਲੇ ਹੋ, ਕਦੀ ਜ਼ਿੰਦਗੀ ਚ ਇਕੱਲੇ ਹੋ ਜਾਓ, ਫਿਰ ਆਪਣੇ ਨਾਲ ਵਾਰਤਾਲਾਪ ਕਰੋ। ਗੁਰੂ ਕਿਰਪਾ ਕਰੇ ਇਕੱਲੇ। ਆਖੋ ਵਾਹਿਗੁਰੂ। ਜੰਗਲ ਵਿੱਚ ਜਾ ਕੇ ਨਹੀਂ ਹੋਇਆ ਜਾਂਦਾ, ਲੋਕਾਂ ਦਾ ਭੁਲੇਖਾ ਹੈ ਜੰਗਲ ਚ ਭੇਜੋ ਇਕੱਲੇ ਹੋ ਜਾਓ, ਇਕਾਂਤ। ਇਕਾਂਤ ਨਹੀਂ, ਬਾਬੇ ਨਾਨਕ ਨੇ ਪਰਥਰ ਰਾਜ ਜੋਗੀ ਨੂੰ ਆਖਿਆ ਤੁਸੀਂ ਕਿੱਥੇ ਬੈਠੇ ਜੰਗਲਾਂ ਚ, ਕਹਿੰਦੇ ਇਕਾਂਤ ਵਿੱਚ, ਕਹਿੰਦੇ ਹੋ ਗਏ। ਕੋਈ ਪਕੜ ਰਹੇ ਹੋ ਕੀ ਪੁੱਛਿਆ, ਹੋ ਗਏ। ਉਹਨੇ ਕਿਹਾ ਜੀ ਫਿਰ ਤੂੰ ਯੁਗਤੀ ਦੱਸ ਦੇ। ਜਗਤ ਗੁਰੂ ਨਾਨਕ ਨੂੰ ਕਿਹਾ ਤੂੰ ਯੁਗਤੀ ਦੱਸ ਦੇ ਕਾਹਦੀ, ਇਕਾਂਤ ਨਹੀਂ, ਇਕੱਲੇ ਨਹੀਂ, ਇਕਾਂਤ, ਇਕਾਂਤ ਹੋਣ ਦੀ। ਤੇ ਮੇਰੇ ਬਾਬੇ ਨੇ ਕਿਹਾ ਇੱਕ ਇੱਕ ਸ਼ਬਦ ਗੁਰਬਾਣੀ ਦਾ ਪੂਜਣ ਯੋਗ ਹੈ, ਮੰਨਣ ਯੋਗ ਹੈ, ਰਹੇ ਇਕਾਂਤ। ਬੋਲੋ, ਇੱਕੋ ਮਨ ਵਸਿਆ। ਜਿੱਦਣ ਇੱਕ ਮਨ ਵਿੱਚ ਵਸ ਜਾਂਦਾ ਹੈ ਨਾ, ਭਾਵੇਂ ਭੀੜ ਚ ਖਲੋਤਾ ਹੋਵੇ ਤੇ ਭਾਵੇਂ ਇਕੱਲਾ ਖਲੋਤਾ ਹੋਵੇ, ਉਹਨੂੰ ਕਹਿੰਦੇ ਇਕਾਂਤ। ਜਦੋਂ ਤੁਹਾਡੇ ਅੰਦਰ ਵਸੇ ਹੀ ਕਈ ਨੇ, ਸ਼ੋਰ ਹੀ ਕਈਆਂ ਦਾ ਹੈ, ਤੇ ਫਿਰ ਤੁਸੀਂ ਸਮਝ ਲਓ ਇਕਾਂਤ ਨਹੀਂ। ਇੱਕ ਨਿਸ਼ਾਨੀ ਹੋਰ ਦੱਸੀ, ਆਖੋ ਵਾਹਿਗੁਰੂ। ਰਹੇ ਇਕਾਂਤ ਇੱਕੋ ਮਨ ਵਸਿਆ, ਆਸਾ ਮੈਂ ਨਿਰਾਸੋ, ਆਸ਼ਾਵਾਂ ਵਿੱਚ ਨਿਰਾਸ ਹੋ ਜਾਣਾ, ਕੁਛ ਨਹੀਂ ਚਾਹੀਦਾ, ਕੇਵਲ ਤੂੰ ਮਨ ਰੇ ਥਿਰ ਰਹੋ, ਮਤ ਕਤ ਜਾਈ ਜੀਓ, ਮਤਾ ਕਿਤੇ ਤੇ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਬਾਹਰੋਂ ਲੱਭਦਾ ਲੱਭਦਾ ਤੂੰ ਬੜਾ ਦੁਖੀ ਹੋਏਗਾ। ਜਿਹੜੀ ਚੀਜ਼ ਨੂੰ ਤੂੰ ਲੱਭਦਾ ਨਾ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਘਰ ਅੰਮ੍ਰਿਤ। ਪਤਾ ਲੱਗਾ ਕੁਛ ਨਹੀਂ, ਐਵੇਂ ਸਿਰ ਨਾ ਲਾਇਓ। ਜਿਹੜੇ ਅੰਮ੍ਰਿਤ ਨੂੰ ਤੂੰ ਲੱਭਦਾ ਹੈ, ਜਿਹੜੀ ਚੀਜ਼ ਨੂੰ ਤੂੰ ਲੱਭਦਾ ਉਹ ਤੇਰੇ ਘਰ ਚ ਪਈ ਆ, ਘਰ ਰਹੇਗਾ ਤੇ ਲੱਭੇਗਾ ਨਾ। ਆਖੋ ਵਾਹਿਗੁਰੂ। ਘਰ ਅੰਮ੍ਰਿਤ ਘੱਟ ਮਿੰਜ ਸਰੀਰ ਦੇ ਵਿੱਚ ਹੀ ਹੈ। ਅਗਲੇ ਦੋ ਕੁਐਸਚਨ ਹੋਰ ਕੀਤੇ, ਆਖੋ ਵਾਹਿਗੁਰੂ। ਚੋਟਾਂ ਮਾਰੀਆਂ, ਕੁਐਸਚਨ ਨਹੀਂ। ਕਹਿੰਦੇ ਵੇਖ ਤੂੰ ਘਰੋਂ ਨਿਕਲਿਆ ਤੇ ਬਾਹਰ ਜਾ ਕੇ ਪਤਾ ਨੀ ਕਿੱਥੇ ਕਿੱਥੇ ਤੁਰਿਆ ਫਿਰਦਾ ਹੈ। ਸਰ ਆਪ ਸਰ, ਦੋ ਸ਼ਬਦ ਨੇ ਸਰ, ਸਰਮਣੇ ਸਰੋਵਰ, ਅਪਸਰਮਣੇ ਛੱਪੜ। ਟਿਕੇ ਹੋ ਨਾ, ਸੁਣ ਰਹੇ ਹੋ ਨਾ,
ਦੋ ਤੇਰੇ ਸਾਹਮਣੇ ਨੇ, ਇੱਕ ਸਰੋਵਰ ਇੱਕ ਛੱਪੜ। ਛੱਪੜ ਚ ਪਸ਼ੂ ਨਹਾਉਂਦੇ, ਕੁੱਤੇ ਪਾਣੀ ਪੀਂਦੇ, ਅੱਖ ਵਾਹਿਗੁਰੂ। ਸਰੋਵਰ ਵਿੱਚ ਹੀਰੇ ਹੁੰਦੇ ਤੇ ਮੋਤੀ ਹੁੰਦੇ। ਵੇਖ ਤੇਰੀਆਂ ਅੱਖਾਂ ਨੇ ਕਿੰਨਾ ਧੋਖਾ ਖਾਧਾ, ਤੈਨੂੰ ਦੋਵਾਂ ਦਾ ਫਰਕ ਹੀ ਨਹੀਂ ਆਇਆ, ਸਰੋਵਰ ਦਾ ਤੇ ਛੱਪੜ ਦਾ। ਤੈਨੂੰ ਤੇ ਨਹੀਂ ਪਤਾ ਹੋਣਾ ਛੱਪੜ ਕੀ, ਰੋਪੜ ਵਾਲੇ ਨੂੰ ਪਤਾ ਹੈ। ਅੱਛਾ, ਛੱਪੜ ਅੱਖ ਵਾਹਿਗੁਰੂ। ਸਰ ਅਪਸਰ ਕੀ ਸਾਰ ਨਾ ਜਾਣੇ, ਤੇ ਫਿਰ ਫਿਰ ਕੀ ਚ ਬੁਡਾਈ ਜੀਓ। ਮੁੜ ਮੁੜ ਕੇ ਤੇਰੇ ਹੱਥ ਚਿੱਕੜ ਵਿਚ ਭੇਜਦੇ ਨੇ, ਗੰਦਾ ਹੋ ਕੇ ਆਉਣਾ ਹੈ। ਜਿੱਥੇ ਵੀ ਜਾਣਾ ਹੈ, ਠੇਕੇ ਤੇ ਜਾਣਾ ਹੈ, ਸੁਸਾਇਟੀ ਚ ਜਾਣਾ ਹੈ, ਤੂੰ ਮਹਿਸੂਸ ਕਰਦਾ ਮੈਂ ਉੱਥੋਂ ਗੰਦਾ ਹੋ ਕੇ ਆਇਆ, ਮਗਰ ਤੂੰ ਫਰਕ ਨਾ ਕਰ ਸਕਿਆ ਸਰੋਵਰ ਕਿਹੜਾ ਹੈ ਤੇ ਛੱਪੜ ਕਿਹੜਾ ਹੈ। ਤੂੰ ਫਿਰ ਉਸ ਸੁਸਾਇਟੀ ਨੂੰ ਕਹਿੰਦਾ ਮੇਰੀ ਸੁਸਾਇਟੀ, ਕਹਿੰਦੇ ਉਹ ਕਿ ਨਹੀਂ ਬੋਲੋ ਨਾ ਗੁਰੂ ਕੇ ਲੋਕੀ ਕਹਿੰਦੇ ਕੀ ਮੇਰੀ। ਜਿਸ ਸੁਸਾਇਟੀ ਦੇ ਵਿੱਚੋਂ ਜਦੋਂ ਗਿਆ ਉਦੋਂ ਹੀ ਗੰਦਾ ਹੋ ਕੇ ਆਇਆ, ਵਿਚਾਰ ਗੰਦਾ ਕਰਕੇ ਆਇਆ, ਅੱਖਾਂ ਗੰਦੀਆਂ ਕਰਕੇ ਆਇਆ, ਕਿਰਦਾਰ ਗੰਦਾ ਕਰਕੇ ਆਇਆ, ਫਿਰ ਉੱਥੇ ਜਾਂਦਾ, ਫਿਰ ਫਿਰ ਕੀ ਚ ਵਡਾਈ ਦੀ, ਫਿਰ ਫਿਰ ਚਿੱਕੜ ਚ ਡੁੱਬਦਾ ਹੈ। ਆਓ ਮਾਰੋ ਚੌਂਕੜੇ, ਉਦਾਸ ਹੋ ਕੇ ਨਾ ਬੈਠੋ, ਐ ਸੁਚੇਤ ਹੋ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰੋ। ਇਹਨੂੰ ਕਹਿੰਦੇ ਸੰਤ ਸਰੋਵਰ, ਬੋਲੋ ਸੰਤ ਸਰੋਵਰ, ਫਿਰ ਬੋਲੋ ਸੰਤ ਸਰੋਵਰ। ਇੱਥੇ ਵੀ ਕਹਿੰਦੇ ਸਾਧ ਸੰਗ ਮਲ ਲਾਥੀ, ਸਤਸੰਗਤ ਵਿੱਚ ਕੀ ਲੱਥਦੀ, ਪਾਰ ਬ੍ਰਹਮ ਭਇਓ ਸਾਥੀ, ਪਾਰ ਬ੍ਰਹਮ ਭਇਓ ਸਾਥੀ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਮਨ ਰੇ ਥਿਰ ਰਹੋ। ਇੱਥੇ ਟਿਕੋ ਹਾਂ, ਵਾਹਿਗੁਰੂ 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 ਵਾਹਿਗੁਰੂ। ਚੁੱਭੀਆਂ ਲਾਓ, ਚੁੱਭੀਆਂ ਸੁਰਤ ਨੂੰ ਚੁੱਭੀਆਂ ਲਵਾਓ ਸ਼ਬਦ ਵਿੱਚ। ਗੁਰੂ ਵਾਹਿਗੁਰੂ 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 ਨਹੀਂ ਜਗਾਓ। ਗੁਰੂ 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 ਜੁੜਿਓ ਜੁੜਿਓ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮਿੰਟ ਹੋਰ ਨਾ, ਸੰਤ ਸਰੋਵਰ ਨਾਵੇ, ਇਹ ਕੀ ਹੈ ਤੁਸੀਂ ਬੋਲੋ? ਆਹ ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਨੂੰ ਕੀ ਕਹਿੰਦੇ? ਸਤਸੰਗਤ ਦਾ ਸਰੋਵਰ। ਜਿਹੜਾ ਇਹਦੇ ਚ ਚੁਬੀਆਂ ਲਾਉਂਦਾ, ਸੋ ਜਨ ਪਰਮ ਗਤ ਪਾਵੇ। ਸੋ ਜਨ ਪਰਮ ਗਤੀ ਦੀ ਕੀ ਨਿਸ਼ਾਨੀ ਹੈ ਜੀ? ਕੀ ਹੁੰਦਾ ਪਰਮ ਗਤੀ ਦੇ ਵਿੱਚ? ਕਹਿੰਦੇ ਮਰੇ ਨਾ ਆਵੇ ਜਾਈ, ਪਰਮ ਗਤੀ ਹੋ ਗਈ। ਜਿਹੜਾ ਸਤਸੰਗਤ ਵਿੱਚ ਬਹਿ ਕੇ ਚੁੱਭੀਆਂ ਲਾਉਂਦਾ, ਨਾ ਉਹ ਦੁਬਾਰਾ ਮਰਦਾ ਨਾ ਉਹ ਆਉਂਦਾ। ਪਕੜ ਰਹੇ ਹੋ ਜੀ? ਨਾ ਉਹ ਦੁਬਾਰਾ ਮਰਦਾ ਨਾ ਆਉਂਦਾ ਨਾ ਜਾਂਦਾ, ਤਤ ਪਰਮ ਤੱਤ ਵਿੱਚ ਅਭੇਦ ਹੋ ਜਾਂਦਾ ਹੈ, ਜੋਤ ਜੋਤੀ ਵਿੱਚ ਅਭੇਦ ਹੋ ਜਾਂਦੀ। ਮਿਟ ਗਏ ਗਵਨ, ਸੁਮਨੀ ਸਾਹਿਬ ਆਉਂਦੀ ਤੁਹਾਨੂੰ, ਮਿਟ ਗਏ ਪਾਏ
ਵਿਸ਼ਰਾਮ ਮਿਲ ਜਾਂਦਾ ਜੀਵ ਆਤਮਾ ਨੂੰ ਇੱਥੇ ਟਿਕਦੀ। ਇਹ ਵੀ ਗੱਲ ਕਹਿੰਦਾ ਹੁਣ ਆਖੋ ਵਾਹਿਗੁਰੂ। ਸਤ ਸੰਗਤ ਤੋਂ ਬਿਨਾ ਨਾ ਕਿਸੇ ਦਾ ਕਦੀ ਮਨ ਟਿਕਿਆ ਜੇ, ਨਾ ਕਿਸੇ ਦੀ ਪਰਮ ਗਤੀ ਹੋਈ। ਗੁਰਬਾਣੀ ਵਿੱਚ ਲਿਖਿਆ ਜਿਨ ਕਿਨੇ ਪਾਇਆ। ਆਹ ਗੱਲਾਂ ਨੋਟ ਕਰਿਓ। ਅੱਜ ਤੱਕ ਰਹਿੰਦੀ ਦੁਨੀਆਂ ਤੋਂ ਜਦੋਂ ਤੱਕ ਸਾਹਿਬ ਜੀ ਕਹਿੰਦੇ ਦੁਨੀਆਂ ਬਣੀ, ਜਿਸ ਬੰਦੇ ਨੇ ਵੀ ਰੱਬ ਦੀ ਪ੍ਰਾਪਤੀ ਕੀਤੀ, ਜਿਨ ਕਿਨੇ ਪਾਇਆ ਸਤ ਸੰਗਤੀ। ਬੋਲੋ ਕੀ ਪਤਾ ਲੱਗਾ? ਜਿਹਨੂੰ ਕਿਨੂੰ ਵੀ ਪ੍ਰਾਪਤੀ ਹੋਈ ਕਿੱਥੋਂ ਹੋਈ? ਸਤਸੰਗਤ ਵਿੱਚੋਂ ਹੋਈ। ਕੋਈ ਹੋਰ ਵੇ ਵੀ ਨਾ ਲੱਭਿਓ। ਇਹ ਨਾ ਕਹੋ ਫਲਾਣਾ ਬਾਬਾ ਮੇਰੇ ਸਿਰ ਤੇ ਹੱਥ ਰੱਖ ਦੂ। ਕਦੀ ਭੁੱਲ ਵੀ ਨਾ ਕਰਿਓ ਕੋਈ ਦੇਵੀ ਤੁਹਾਡਾ ਸਵਾਰ ਦੂਗੀ। ਅੱਖ ਵਾਹਿਗੁਰੂ। ਕਦੀ ਭੁੱਲ ਨਾ ਕਰਨੀ ਕੋਈ ਗਿਆਨੀ ਧਿਆਨੀ ਭਾਈ ਸਾਹਿਬ ਤੁਹਾਡਾ ਸਵਾਰ ਦੂ ਸਵਾਰੂਗੀ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ, ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ। ਇਹ ਸਤਸੰਗ ਦੀ ਬਰਕਤ ਆ। ਸੁੱਕੀਆਂ ਲੱਕੜਾਂ ਹਰੀਆਂ ਹੋ ਜਾਂਦੀਆਂ। ਵਾਹਿਗੁਰੂ 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 ਵਾਹਿਗੁਰੂ। ਹੋ ਜਾਓਗੇ ਹੋ ਜਾਓਗੇ ਠੀਕ ਹੋ ਤੁਸੀਂ ਸਹੀ। ਗੁਰੂ ਵਾਹਿਗੁਰੂ। ਜਿੱਥੇ ਹੁਣ ਤੁਸੀਂ ਬੈਠੇ ਹੋ ਇੱਥੇ ਕਿੱਲਾ ਕੱਢ ਲਓ। ਆਖੋ ਵਾਹਿਗੁਰੂ ਕੀ। ਮੈਂ ਆਪ ਜੀ ਨੂੰ ਬੇਨਤੀ ਕਰਾਂ ਸਤਸੰਗਤ ਵਿੱਚ ਆਪਣੀ ਸੁਰਤ ਦਾ ਕਿੱਡਾ ਗੱਲ ਹੋ। ਤੁਸੀਂ ਕਦੀ ਵੇਖਿਆ ਕਿਸੇ ਕਿੱਲੇ ਚ ਵੱਜੇ ਹੋਏ ਡੰਗਰ ਨੂੰ ਕੁੱਤੇ ਨੇ ਕੱਟਿਆ ਹੋਵੇ? ਹਾਜ਼ਰ ਹੋ ਪਿੰਡਾਂ ਦੇ ਰਹਿਣ ਵਾਲੇ ਹੋ। ਇੱਕ ਮੱਝ ਕਿੱਲੇ ਤੇ ਵੱਧੀ ਆ ਤੇ ਉਹਨੂੰ ਕੁੱਤੇ ਹਲਕੇ ਨੇ ਕੱਟਿਆ ਹੋਵੇ? ਕੋਈ ਹੱਥ ਖੜਾ ਕਰਕੇ ਮੈਨੂੰ ਦੱਸੋ। ਸੋਚੋ ਆਪਣੇ ਆਪ ਪਿੰਡਾਂ ਤੋਂ ਆਏ ਹਾਂ। ਉਸ ਡੰਗਰ ਨੂੰ ਕੁੱਤਾ ਕੱਟਦਾ ਮਗਰ ਭੱਜ ਕੇ, ਜਿਹੜਾ ਘਰੋਂ ਕਿੱਲਾ ਛਡਾ ਕੇ ਭੱਜ ਪਵੇ ਅੱਗੇ ਅੱਗੇ ਤੇ ਕੁੱਤੇ ਮਗਰ ਭੱਜਦੇ। ਸਤਸੰਗਤ ਵਿੱਚੋਂ ਆਪਣਾ ਕਿੱਲਾ ਨਾ ਪੁੱਟੋ। ਜਦੋਂ ਤੁਸੀਂ ਗੁਰੂ ਨਾਨਕ ਦੀ ਸੰਗਤ ਵਿੱਚੋਂ ਬਾਹਰ ਨਿਕਲ ਕੇ ਉਧਰ ਉਧਰ ਭੱਜਦੇ ਹੋ ਨਾ, ਮੈਂ ਨਾਲ ਆ ਬੜੇ ਔਖੇ ਲੋਕੀ ਹੁੰਦੇ ਵੀ ਬਾਬਿਆਂ ਬਾਰੇ ਕਹਿੰਦਾ। ਸੱਚੀ ਮੁੱਚੀ ਸਾਡੇ ਵਿੱਚੋਂ 100 ਦੇ ਵਿੱਚੋਂ 87% ਲੋਕ ਸਾਧਾਂ ਦੇ ਚੁੰਗਲ ਚ ਫਸ ਗਏ। ਗੁਰੂ ਦੀ ਸੰਗਤ ਛੱਡਦੀ। ਆਖੋ ਜੀ ਵਾਹਿਗੁਰੂ। ਕਿੱਥੇ ਕਰਦੇ ਹੋ ਜੀ? ਆਖੋ ਵਾਹਿਗੁਰੂ। ਸੰਗਤ ਕਰਦੇ ਆ ਕਿੱਥੇ? ਉਸ ਸੰਗਤ ਦਾ ਕੋਈ ਨਾਮ ਆ, ਇੱਧਰ ਧਿਆਨ ਦਿਓ। ਉਸ ਸੰਗਤ ਦਾ ਕੋਈ ਰੱਖ ਲਿਆ ਹੈ, ਫਲਾਣੀ ਸੰਗਤ। ਚਲੋ ਮੈਂ ਨਾਂ ਨਹੀਂ ਲੈਂਦਾ, ਤੁਹਾਡੇ ਚ ਕੁਛ ਬੈਠਾ ਹੋਵੇ, ਭੀੜ ਹੋਊਗੀ ਬੜੀ। ਸੱਚ ਜਿਹਨਾਂ ਅੰਦਰ ਕੂੜ ਵਰਤੇ,
ਜਿਹੜੇ ਬੰਦੇ ਝੂਠੇ ਨੇ ਉਹਨਾਂ ਨੂੰ ਸੱਚ ਨਾ ਭਾਵ ਆਈ, ਬੋਲੋ ਉਹਨਾਂ ਨੂੰ ਬੋਲਿਆ ਕਰੋ ਅੱਜ ਤੇ ਸੋਹਣੀ ਪੱਗ ਬੰਨ ਕੇ ਆਏ ਹੋ, ਉਹਨਾਂ ਨੂੰ ਸੱਚ ਜੇ ਕੋ ਬੋਲੇ ਸੱਚ, ਬੋਲੋ ਭਲਾ ਤੇ ਕੂੜਾ ਜਲ ਜਾ ਬਈ, ਕੂੜਾ ਕੂੜੇ ਬੰਦੇ ਨੂੰ ਝੂਠੇ ਬੰਦੇ ਨੂੰ ਅੱਗ ਲੱਗਦੀ ਵੀ ਆਹ ਗੱਲ ਕਿਉਂ ਕਰਦੀ। ਕਹਿ ਮੈਂ ਟਿਕਾਣੇ ਤੇ ਰਿਹਾ ਆਪਣੇ ਗੁਰੂ ਦੀ ਗੋਦ ਵਿੱਚ ਵੀ ਕਿ ਕਿਸੇ ਨਾਲ ਈਰਖਾ ਕਰਕੇ ਨਹੀਂ, ਜਿਸ ਸੰਗਤ ਦਾ ਕੋਈ ਨਾਮ ਰੱਖਿਆ ਗਿਆ ਉਹ ਸੰਗਤ ਨਹੀਂ ਰਹੀ। ਕੀ ਕਿਹਾ ਮੈਂ ਬੋਲੋ ਤੁਸੀਂ ਵੀ ਦੇ ਦਿਓ, ਜਿਸ ਸੰਗਤ ਦਾ ਕੋਈ ਇਹ ਫਲਾਣੀ ਸੰਗਤ ਆ ਜੀ ਇਹ ਢੀਂਗੜੀ ਨਾ, ਸਤਸੰਗਤ ਤੇ ਸਤ ਸੰਗਤੀ ਆ ਤੇ ਸਤਸੰਗਤ ਬਣਦੀ ਵੀ ਉੱਥੇ ਆ। ਜੈ ਸਤਿਗੁਰ, ਬੋਲੋ ਜੈ ਨਹੀਂ ਜੈ, ਜਿੱਥੇ ਗੁਰੂ ਦਾ ਪ੍ਰਕਾਸ਼ ਆ ਤੈ ਸਤਸੰਗਤ ਬਣਾਈ। ਤੈ ਸਤਸੰਗਤ ਕਿੱਥੇ ਬਣਦੀ? ਜਿੱਥੇ ਕੇਵਲ ਚੌਰ ਹੋ ਰਿਹਾ ਹੋਵੇ, ਨਿਸ਼ਾਨ ਸਾਹਿਬ ਲੱਗਾ ਹੋਵੇ ਆਖੋ ਵਾਹਿਗੁਰੂ, ਤੇ ਜਿੱਥੇ ਜਿਹੜਾ ਇੱਕ ਦੂਸਰੇ ਨੂੰ ਮਿਲੇ ਆਖੇ ਵਾਹਿਗੁਰੂ ਜੀ ਕਾ, ਉਹਨੂੰ ਕੀ ਕਹਿੰਦੇ ਨੇ? ਮੇਰੇ ਮਾਧੋ ਜੀ ਸਤਸੰਗਤ ਮਿਲੇ, ਉਹਨੂੰ ਸਤਸੰਗਤ ਕਹਿੰਦੇ ਜੇ ਸੰਗਤ ਦਾ ਨਾਂ ਕੋਈ ਨਾ ਹੋਵੇ, ਕੇਵਲ ਸਤਸੰਗਤ ਬੋਲੋ। ਤੇ ਜਿਨ੍ਹਾਂ ਸੰਗਤਾਂ ਦੇ ਨਾਂ ਰੱਖੇ ਆ ਹੁਣ ਪਤਾ ਨੀ ਕਿੱਥੇ ਕਿੱਥੇ ਅਜੇ ਤੇ ਨੈਟ ਤੇ ਸੁਣ ਰਹੇ ਨੇ ਲੋਕੀ, ਉਹ ਸੰਗਤ ਨੀ ਹੁੰਦੀ, ਉਹ ਇੱਕ ਬੰਦੇ ਦਾ ਇਕੱਠ ਤੇ ਹੋ ਸਕਦਾ ਵੀ ਫਲਾਣੇ ਨਾਲ ਜੁੜੇ, ਢੀਂਗੜੇ ਨਾਲ ਜੁੜੇ, ਇੱਥੇ ਜਿਹੜੇ ਬੈਠੇ ਹੋ ਤੁਸੀਂ ਕਿਹਦੇ ਨਾਲ ਜੁੜੇ? ਗੁਰੂ ਨਾਲ ਜੁੜੇ, ਬੋਲੋ ਨਾ ਸਾਹਿਬ ਗੁਰੂ। ਗੁਰੂ ਗ੍ਰੰਥ ਸਾਹਿਬ ਦੇ ਪੁੱਤ ਬਣੀਏ, ਆਓ ਜਾਪ ਸਾਹਿਬ ਦੀ ਕਥਾ ਸੁਣੋ, ਗੋਡਿਆਂ ਤੇ ਹੱਥ ਰੱਖੋ, ਐ ਰੀੜ ਦੀ ਹੱਡੀ ਸਿੱਧੀ ਕਰਕੇ, ਇਹ ਬਚਨ ਬੜੇ ਕੀਮਤੀ ਨੇ, ਕੱਲ ਨੂੰ ਕਥਾ ਦੀ ਛੁੱਟੀ ਆ, ਢਾਡੀ ਦਰਬਾਰ ਆ, ਆਖੋ ਵਾਹਿਗੁਰੂ। ਅਗਲੇ ਦਿਨ ਸਤਿਗੁਰੂ ਦੀ ਕਿਰਪਾ ਦੇ ਨਾਲ ਸ਼ਾਇਦ ਨਗਰ ਕੀਰਤਨ ਆ ਸ਼ਨੀਵਾਰ, ਹਾਲੀ ਇੱਕ ਦਿਨ ਹੋਰ ਹੈਗਾ ਹੈ ਕਥਾ ਦਾ, ਐਤਵਾਰ ਵਾਲੇ ਦੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ, ਉਹ ਦਿਨ ਵੀ ਕਥਾ ਦਾ ਦੱਸਣਗੇ ਸ਼ਡਿਊਲ। ਅੱਜ ਦਾ ਦਿਨ ਭਰਮਾ ਹੈ ਗੁਰੂ ਕਿਆ ਸਿੱਖਾ ਜੁੜ ਕੇ ਸੁਣ ਜਾਪ ਸਾਹਿਬ ਦੇ ਅੰਮ੍ਰਿਤ ਵਚਨ, 19 ਸਾਲ ਦੀ ਉਮਰ ਹੈ ਉਹ ਦਿਨ ਸਰਕਾਰ ਦੀ ਜਿਸ ਦਿਨ ਉਚਾਰਿਆ ਹੈ, ਆਖੋ ਵਾਹਿਗੁਰੂ। ਮੁੱਛਾਂ ਫੁੱਟਣ ਡਈਆਂ ਨੇ ਕਿਹਦੀਆਂ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਖੁੱਲ ਕੇ ਵਰਦੋ ਆਲਮ ਸ਼ਾਹ, ਹੱਕ ਹੱਕ ਆਗਾਹ, ਏ ਜਦੀ ਮਨਜੂਰ, ਨਾਸਰੋ ਮਨਸੂਰ। ਉਹ ਮੇਰੀ ਸਰਕਾਰ ਕਿੰਨੀ ਸਾਲ ਦੀ ਉਮਰ ਤੇ ਮੁੱਛਾਂ ਫੁੱਟ ਰਹੀਆਂ, ਦਾੜੀ ਨਿੱਕੀ ਨਿੱਕੀ ਉੱਤਰ ਰਹੀ, ਮੌਜ ਵਿੱਚ ਬੈਠਾ। ਹੁਣੇ ਹੀ ਰਸਤੇ ਵਿੱਚ ਕੀਰਤਨ ਸੁਣਦੇ ਹੁੰਦੇ ਹਨ, ਨਿਰਜੁਲ ਨਿਰੂਪ ਹੋ, ਬੋਲੋ ਫਿਰ ਬੋਲੋ ਨਿਰੂਪ। ਜਿਹੜਾ ਤੇਰਾ ਹੋਂਦ ਆ ਨਾ ਉਹ ਵਡੇਪੇ ਵਾਲੀ ਨਹੀਂ ਗੀ। ਰੱਬ ਬਾਰੇ ਵੀ ਕਦੀ ਕਹੋਗੇ ਰੱਬ ਬੁੱਢਾ ਹੋ ਗਿਆ? ਬੋਲੋ ਜੀ ਗੁਰੂ, ਕਿਸ ਬੋਲੋ ਨਾ, ਨਿਰਜੁਲ ਕਿ ਸੁੰਦਰ, ਬੜੇ ਸੁੰਦਰ ਸਰੂਪ ਵਾਲਾ ਹੈ। ਇੱਕ ਪਾਸੇ ਕਿਹਾ ਨਿਰੂਪ, ਤੇਰਾ ਰੂਪ ਕੋਈ ਨਹੀਂ, ਨਿਰਜੁਲ ਮੈਂ ਵਡੇਪੇ ਤੋਂ ਰਹਿਤ। ਨੋਟ ਕਰਿਓ, ਅੱਜ ਤੋਂ ਸੁਣੋਗੇ ਤੇ ਅਰਥ ਕਰਿਓ, ਨਿਰਜੁਲ ਦਾ ਮਤਲਬ ਵਡੇਪੇ ਤੋਂ
ਉਹ ਕੌਣ ਆ ਫਿਰ, ਕੌਣ ਆ ਉਹ? ਆਖੋ ਵਾਹਿਗੁਰੂ। ਉਹ ਆ ਸ਼ਬਦ। ਕੀ ਜੀ? ਕਦੀ ਕਹੋਗੇ? ਸ਼ਬਦ ਵੀ ਬੁੱਢਾ ਹੋ ਗਿਆ, ਸਰੀਰ ਹੋਊਗਾ ਤੇ ਤੁਸੀਂ ਕਹੋਗੇ ਆਖੋ ਵਾਹਿਗੁਰੂ। ਬਾਬਾ ਅਮਰਦਾਸ ਮਹਾਰਾਜ ਸਰੀਰ ਦੇ ਵਿੱਚ ਬਜ਼ੁਰਗ ਸੀ, ਮਗਰ ਉਹਨਾਂ ਦਾ ਸ਼ਬਦ ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਹ ਬੱਚਾ ਸੀ। ਤੇਰੇ ਨਾਲ ਦੇ ਨੂੰ ਥੋੜੀ ਜਿਹੀ ਸੁਸਤੀ ਪੈ ਰਹੀ। ਅੱਜ ਜ਼ਿਆਦਾ ਟਰੱਕ ਚਲਾਇਆ? ਇੱਧਰੋਂ ਬੋਲੋ, ਐਂ ਕਰ ਲਓ, ਨਿਕਲ ਜੂ। ਨਿਰਜਨ ਰੂਪ ਹੋ ਕੇ ਸੁੰਦਰ ਸਰੂਪ ਹੋ, ਸੁੰਦਰ ਸਰੂਪ ਵਾਲਾ ਹੈ, ਵਡੇਪੇ ਤੋਂ ਰਹੇ ਤੇ। ਉਹ ਕੌਣ ਆ ਇੱਕ ਵਾਰ ਯਾਦ ਕਰੋ? ਉਹ ਆ ਸ਼ਬਦ ਗੁਰੂ। ਬੋਲੋ ਜੀ, ਸਰੀਰ ਤੇ ਅੱਜ ਨਹੀਂ ਤੇ ਕੱਲ ਬੁੱਢਾ ਹੋ ਹੀ ਜਾਣਾ। ਉਹ ਕੌਣ ਆ? ਨਾ ਉਹ ਬੁੱਢਾ, ਨਾ ਉਹ ਬਾਲਾ। ਬੋਲੋ, ਨਾ ਉਹ ਬੁੱਢਾ, ਨਾ ਉਹ ਬੱਚਾ ਹੈ, ਨਾ ਉਹ ਬਜ਼ੁਰਗ। ਇੱਕ ਰਸ ਰਹਿਣ ਵਾਲਾ, ਨਾ ਬਾਢ ਹੈ ਨਾ ਘਾਟ ਹੈ, ਨਾ ਘਾਟ ਬਾਢ ਹੋ ਤੇ ਉਹ ਕੌਣ ਆ? ਉਹ ਸ਼ਬਦ। ਬੋਲੋ ਨਾ ਇੱਕ ਵਾਰ ਭਰ ਕੇ, ਕੀ ਆ? ਅਸੀਂ ਉਹਦੇ ਪੁੱਤਾਂ। ਜਾਪ ਸਾਹਿਬ ਦੀਆਂ ਉਡਾਰੀਆਂ ਦੇ ਵਿੱਚ ਉੱਤਰ ਗਈ ਸਰਕਾਰ। ਕੱਲ ਪੜਿਆ ਆਪ ਜੀ ਨੇ, ਨਮੋ ਇੰਦਰ ਇੰਦਰੇ ਅਨਾਦੰਗ ਬੇਪੂਤੇ। ਆਦ ਤੋਂ ਰਹਿ ਤੇ ਵੱਡੇ ਪ੍ਰਤਾਪ ਵਾਲਾ ਹੈ ਤੇ ਰਾਜਿਆਂ ਦਾ, ਤੇਰੇ ਚਰਨਾਂ ਚ ਮੇਰੀ। ਅੱਜ ਕਹਿੰਦੇ ਕਲੰਕਾਰ ਰੂਪੇ, ਕਲੰਕ ਆਰ, ਆਰ ਮਨੇ ਦੁਸ਼ਮਣ, ਕਲੰਕਾਂ ਦਾ ਤੂੰ ਦੁਸ਼ਮਣ ਹੈ। ਜਿਹੜੇ ਤੇਰੇ ਨਾਲ ਜੁੜਦੇ ਨੇ ਉਹਨਾਂ ਨੂੰ ਕੋਈ ਕਲੰਕ ਨਹੀਂ ਲੱਗਦਾ। ਅੱਖ ਵਾਹਿਗੁਰੂ। ਕਲੰਕ ਆਰ, ਆਰ ਅਰਮਣੇ, ਅਰਮਣੇ ਦੱਸਿਆ ਸੀ ਨਾ ਟਰੂ ਅਰਸੋਂ, ਅਰਮਣੇ ਦੁਸ਼ਮਣ। ਹੇ ਵਾਹਿਗੁਰੂ ਜੀ, ਤੇਰੀ ਹੋਂਦ ਜਿਹੜੀ ਹੈ ਨਾ ਕਲੰਕ ਦੀ ਦੁਸ਼ਮਣ। ਜਿਹੜਾ ਜਿਹੜਾ ਤੇਰਾ ਪੁੱਤ ਬਣਿਆ ਉਹਨੇ ਤੇ ਖੋਪਰੀ ਤੇ ਲਵਾ ਦਿੱਤੀ, ਮਗਰ ਕਲੰਕ ਨਹੀਂ ਲੱਗਦਾ। ਸਿੱਖੀ ਨੂੰ ਕਲੰਕ ਆ ਨਾ ਕੇਸ ਕੱਟਣੇ। ਕੀ ਕਿਹਾ ਮੈਂ? ਸਿੱਖੀ ਨੂੰ ਕਲੰਕ ਆ ਕੇਸ ਲੋ, ਕਲੰਕ ਲੱਗ ਗਿਆ ਸਿੱਖੀ ਨੂੰ। ਹੁਣ ਨਹੀਂ ਗੱਲਾਂ ਕਰਦਾ ਕੋਈ ਇਸ ਸਟੇਜ ਤੇ ਆਣ ਕੇ। ਕਹਿ ਦਿੱਤਾ ਪ੍ਰਬੰਧਕਾਂ ਨੇ, ਨਾ ਕੇਸਾਂ ਬਾਰੇ ਬੋਲਿਓ, ਨਾ ਸ਼ਰਾਬ ਬਾਰੇ ਬੋਲਿਓ, ਨਾ ਮਾਸ ਬਾਰੇ ਬੋਲਿਓ। ਕਹਿ ਦਿੰਦੇ ਨੇ ਇੱਥੇ ਨਹੀਂ, ਅੱਖ ਵਾਹਿਗੁਰੂ, ਇੱਥੇ ਨਹੀਂ। ਬਹੁਤ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕ, ਬਹੁਤ ਧਿਆਨ ਦਿਓ ਪੁੱਤ, ਉਹ ਕੇਸ ਵਾਲੀ ਧੀ। ਬਹੁਤ ਵੱਡੇ ਵੱਡੇ ਗੁਰਦੁਆਰਿਆਂ ਚ ਪ੍ਰਬੰਧਕ ਕਹਿ ਦਿੰਦੇ, ਭਾਈ ਸਾਹਿਬ ਜੀ ਸਾਡੀ ਸੰਗਤ ਵਿੱਚ ਦੁਬਧਾ ਨਾ ਪਾਇਓ, ਇੱਥੇ ਨਾ ਮਾਸ ਲਈ ਬੋਲਿਓ, ਨਾ ਸ਼ਰਾਬ ਲਈ, ਨਾ ਕੇਸ ਬਾਰੇ, ਕੇਸਾਂ ਬਾਰੇ। ਕਾਹਦੇ ਲਈ ਸੰਗਤ ਬਣੀ ਫਿਰ? ਫਿਰ ਤੇ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਵਾਰ ਵਾਰ ਕਿਹਾ ਹੈ, ਸ਼ਰਾਬ ਨਾ ਪੀਓ ਲੋਕੋ, ਅੱਖ ਵਾਹਿਗੁਰੂ, ਇੱਥੇ ਆਹ ਨਾ ਕਰੋ ਕੇਸਾਂ ਦੀ। ਜੇ ਰੱਬ ਕੇਸਾਂ ਵਾਲਾ ਤੇ ਆਪ ਵੀ ਕੇਸਾਂ ਵਾਲੇ ਬਣੋ, ਗੁਰਬਾਣੀ ਚ ਲਿਖਿਆ ਹੈ। ਅੱਖ ਵਾਹਿਗੁਰੂ। ਆਓ ਆਓ ਕਲੰਦਰ ਕੇਸ਼ਵਾ, ਕਰ ਅਬਦਾਲੀ ਭੇਸਵਾ, ਹੇ ਮੇਰੇ ਮਾਲਕ ਆ ਸੋਹਣੇ ਨੱਕ, ਤੇਰਾ ਨੱਕ ਬੜਾ ਸੋਹਣਾ ਹੈ। ਜਿਨ ਲੰਬੜੇ ਵਾਲਾ, ਐਡੀਆਂ ਗੁੱਤਾਂ ਬੀਬੀਆਂ ਨੇ ਪਿੱਛੋਂ ਕੈਂਚੀ ਨਾਲ ਕੱਟਤੀਆਂ ਨੇ, ਜਿਹਦੀ ਜ਼ਿੰਦਗੀ ਚ ਤੂੰ ਆਇਆ, ਉਹਨਾਂ ਨੂੰ ਇਹ ਕਲੰਕ ਨਹੀਂ ਲੱਗਣ ਤੇ, ਸਿਰਾਂ ਤੇ ਦਮਾਲੇ ਸਜਾ ਤੇ ਤੂੰ। ਕਲੰਕਾਰ ਰੂਪੇ, ਕਲੰਕ ਤੋਂ ਰਹਿਤ ਵਾਲਾ ਤੇਰਾ ਸਰੂਪ ਆ, ਤੇ ਜਿਹੜਾ ਤੇਰੇ ਨਾਲ ਜੁੜ ਜਾਂਦਾ ਉਹਦੀ ਵੀ ਜ਼ਿੰਦਗੀ ਚ ਕੋਈ ਕਲੰਕ ਨਹੀਂ ਲੱਗਦਾ, ਤੇਰੇ ਚਰਨਾਂ ਚ ਮੇਰੀ
ਅਲੰਕਾਰ, ਅਲੰਕਾਰ ਕੀ ਹੁੰਦਾ? ਗਹਿਣੇ, ਗਹਿਣੇ ਅਲੰਕਾਰ। ਅਖ ਵਾਹਿਗੁਰੂ, ਤੂੰ ਗਹਿਣਾ ਨਹੀਂ, ਤੂੰ ਗਹਿਣਿਆਂ ਦਾ ਵੀ ਗਹਿਣਾ। ਅਖ ਵਾਹਿਗੁਰੂ, ਤੂੰ ਉੱਚੀ ਬੋਲਿਆ ਕਰੋ, ਗਹਿਣਿਆਂ ਦਾ ਵੀ ਗਹਿਣਾ। ਕੋਈ ਕਾਲੇ ਰੰਗ ਦਾ ਕਰੂਪ ਬੰਦਾ ਹੈ, ਅਖ ਵਾਹਿਗੁਰੂ, ਤੇ ਉਹਨੇ ਸੋਨੇ ਦਾ ਗਹਿਣਾ ਪਾ ਲਿਆ ਹੈ, ਮਗਰ ਉਹਦੀ ਕਰੂਪਤਾ ਦਿਸਤੀ। ਜਿਹੜਾ ਤੇਰੇ ਨਾਮ ਨਾਲ ਜੁੜ ਗਿਆ ਅਖ ਵਾਹਿਗੁਰੂ, ਉਹ ਕਿੰਨਾ ਕਰੂਪ ਹੋਵੇ, ਉਹਦਾ ਚਿਹਰਾ ਐਸਾ ਚਮਕਦਾ, ਲੋਕੀ ਆਓ ਬੈਠ ਆਦਰ ਸਭ ਥਾਈ। ਉਹਨੂੰ ਲੋਕੀ ਕੀ ਕਹਿੰਦੇ? ਆਓ ਜੀ ਬੈਠੋ ਜੀ, ਆਦਰ ਵੀ ਦਿੰਦੇ ਜਿਹੜਾ ਤੇਰੇ ਨਾਲ ਜੁੜ ਗਿਆ। ਹੇ ਗਹਿਣਿਆਂ ਦੇ ਗਹਿਣੇ ਵਾਹਿਗੁਰੂ, ਪਤਾ ਲੱਗਾ ਅਲੰਕਾਰ ਅਲੰਕੇ, ਗਹਿਣਿਆਂ ਦੇ ਵੀ ਗਹਿਣੇ ਵਾਹਿਗੁਰੂ, ਤੇਰੇ ਚਰਨਾਂ ਚ ਮੇਰੀ ਨਮਸਕਾਰ ਹੈ। ਨਮੋ ਆਸ ਆਸੇ, ਇਤਰਾ ਬੈਠੋ, ਨਮੋ ਆਸਾਂ ਦੀ ਵੀ ਤੂੰ, ਕਿਸੇ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਇੱਕ ਦੁਨਿਆਵੀ ਆਸ ਹੁੰਦੀ, ਮਗਰ ਤੂੰ ਤੇ ਆਸ ਤੋਂ ਵੀ ਉੱਤੇ ਬੈਠਾ ਹੈ, ਉਹ ਵੀ ਆਸ ਪੂਰੀ ਕਰ ਦਿੰਦਾ ਹੈ। ਮੇਰੇ ਅੰਤਰ ਲੋਚਾ ਮਿਲਣ ਕੀ, ਉਹ ਜਿਹੜੀ ਆਸ ਆ, ਮੈਂ ਮਨ ਵੱਡੀ ਆਸ ਹਰੇ ਹਾਂ ਕਿਉਂ ਕਰ ਦਰਸ਼ਨ ਪਾਵਾਂ। ਇਹ ਵੀ ਇੱਕ ਆਸ ਆ, ਤੂੰ ਆਸਾਂ ਦੀ ਵੀ ਆਸ ਪੂਰੀ ਕਰਨ ਵਾਲਾ ਹੈ। ਤੇਰੇ ਚਰਨਾਂ ਚ ਮੇਰੀ ਨਮੋ ਆਸ ਆਸ ਆਉਂਦਾ ਪੰਜਾਬੀ ਦਾ, ਆਸ ਆਸ ਕਰਨੀ, ਤੂੰ ਆਸਾਂ ਪੂਰੀਆਂ ਕਰਨ ਵਾਲਾ ਹੈ। ਅੱਗੇ ਸ਼ਬਦ ਬੜਾ, ਨਮੋ ਬਾਂਕ ਬਾਂਕੇ, ਬਾਂਕ ਬਣੇ ਹੁੰਦਾ ਬੰਕਾ, ਬੰਕਾ ਬਣੇ ਸੋਹਣਾ, ਤੂੰ ਸੋਹਣਿਆਂ ਦਾ ਵੀ, ਗੱਜ ਕੇ ਬੋਲੋ ਨਾ, ਸੋਹਣੇ ਹੋਣਗੇ ਲੋਕੀ, ਮਗਰ ਤੇਰੇ ਵਰਗਾ ਕੋਈ ਨਹੀਂ, ਤੇਰੇ ਵਰਗਾ ਕੋਈ ਸੋਹਣਾ ਨਹੀਂ। ਜੇ ਆਪਾਂ ਸਰਗੁਣ ਸਰੂਪ ਵੱਲ ਵੇਖੀਏ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਅਖ ਵਾਹਿਗੁਰੂ ਕਿਹਦੇ? ਨਹੀਂ ਨਹੀਂ, ਗੁਰੂ ਬੋਲੋ ਆਓ ਬੀਬਾ ਬੱਚੇ ਬੋਲੋ, ਪਿਓ ਦਾ ਨਾਂ ਲਓ, ਤੁਹਾਡੇ ਤੇ ਮੇਰੇ ਪਿਓ ਦਾ ਨਾਮ ਜੇ ਗੁਰੂ ਗੋਬਿੰਦ ਸਿੰਘ, ਧੰਨ ਗੁਰੂ। ਜੇ ਸਰਗੁਣ ਸਰੂਪ ਵੱਲ ਵੀ ਵੇਖੋ ਨਾ, ਤੇ ਰਿਆਸਤ ਦੀ ਰਾਣੀ ਆ ਗਈ ਪੰਚਕੂਲੇ ਦੇ ਵਿੱਚ ਆ ਗਿਆ। ਅੱਜ ਕੱਲ ਪਹਿਲਾਂ ਨਰਾਇਣਗੜ੍ਹ ਅੰਬਾਲੇ ਵਿੱਚ ਹੁੰਦਾ ਸੀ ਉਹ, ਅਖ ਵਾਹਿਗੁਰੂ, ਉਹਨੂੰ ਰਾਏਪੁਰ ਰਾਣੀ ਦਾ ਕਿਲਾ ਕਹਿੰਦੇ, ਪੰਚਕੂਲੇ ਦੇ ਵਿੱਚ ਆ, ਜਾਇਓ ਕਦੀ ਦਰਸ਼ਨ ਜ਼ਰੂਰ ਕਰਿਓ। ਅਜੇ ਸੰਤਾਂ ਤੇ ਮਹਾਤਮਾ ਦੇ ਹੱਥ ਵਿੱਚ ਉਹ ਕਿਲਾ ਚੜਿਆ ਨਹੀਂ, ਨਿੱਕੀ ਇੱਟ ਦਾ ਕਿਲਾ ਹੈ, ਬਹੁਤ ਵੱਡਾ ਗੁਰੂ ਸਾਹਿਬ ਦੇ ਵੇਲੇ ਦਾ ਉੱਥੇ ਬੋਰਡ ਆ, ਤੇ ਉਹਦੀਆਂ ਇੱਟਾਂ ਨੂੰ ਅਜੇ ਕਿਸੇ ਕਾਰ ਸੇਵਾ ਵਾਲੇ ਸਾਧ ਨੇ ਛੇੜਿਆ ਨਹੀਂ, ਉੱਥੇ ਉਹੋ ਹੀ ਕੁਝ ਦਿਸਦਾ ਹੈ। ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ, ਉੱਥੇ ਸੁਨਹਿਰੀ ਬਾਜ ਅੱਜ ਵੀ ਹੈਗਾ ਹੈ, ਦਾਸ ਨੇ ਵੇਖਿਆ। ਅਖ ਵਾਹਿਗੁਰੂ, ਮੇਰੇ ਸਾਹਿਬੇ ਆਲਮ ਪਾਤਸ਼ਾਹ ਦਾ ਸੁਨਹਿਰੀ ਬਾਜ ਅਜੇ ਵੀ ਉੱਥੇ ਬੈਠਾ ਹੁੰਦਾ। ਉਹ ਰਾਣੀ ਦਾ ਇੰਨਾ ਪ੍ਰੇਮ ਸੀ, ਅਖ ਵਾਹਿਗੁਰੂ, ਇੱਕ ਵਾਰ ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੇ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਕਹਿੰਦੀ, ਮੈਂ ਤੁਹਾਨੂੰ ਬਾਪ ਕਹਿ ਸਕਦੀ ਹਾਂ, ਮੈਂ ਕਹਿ ਸਕਦੀ ਹਾਂ ਵੀ ਤੁਸੀਂ ਮੇਰੇ ਪਿਤਾ ਜੀ ਜੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਮੇਰੀ ਇਹ ਬੱਚੀਏ, ਬੜਾ ਫਖਰ ਹੁੰਦਾ ਜਦੋਂ ਕਿਸੇ ਬਜ਼ੁਰਗ ਨੂੰ, ਕਿਸੇ ਨੂੰ ਕੋਈ ਕਵੇ ਮੈਂ ਤੁਹਾਡੀ ਧੀ ਲੱਗਦੀ, ਅੱਜ ਤੋਂ ਮੈਂ ਤੈਨੂੰ ਆਪਣੀ ਧੀ ਕਿਹਾ, ਸਿਰ ਤੇ ਹੱਥ ਰੱਖਤਾ ਰਾਏਪੁਰ ਦੀ ਰਾਣੀ ਦੇ।
ਇਧਰ ਹੁਣ ਇੱਕ ਮਿੰਟ ਵੀ ਮਿਲਾਪ ਨਹੀਂ ਹੁੰਦਾ ਤੇ ਮੱਛੀ ਵਾਂਗੂ ਤੜਫਦੀ ਵੇਖ ਲਿਆ ਨਾ ਉਹਨੂੰ ਕਿਨੂੰ ਨਮੋ ਬਾਂਤ ਬਣ ਕੇ ਬੋਲੋ ਨਿਰਜਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਨਿਰਜਰ ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ ਜੋਬਨ ਕੇ ਸੁਹੱਪਣ ਦਾ ਤੂੰ ਐਸਾ ਜਾਲ ਆ ਜਿਹੜਾ ਤੇਰੇ ਕੋਲ ਆਇਆ ਫਸ ਗਿਆ ਫਿਰ ਨਹੀਂ ਗਿਆ ਤੇਰੇ ਕੋਲ ਆਖੋ ਵਾਹਿਗੁਰੂ ਕਈ ਵਾਰ ਫਿਰ ਅਨੰਦਪੁਰ ਸਾਹਿਬ ਜਾਣਾ ਰਾਣੀ ਨੇ ਨਾਲ ਫੌਜਾਂ ਖਾਣੀਆਂ ਨਾਲ ਰੱਥ ਖਾਣੇ ਘੋੜੇ ਖਾਣੇ ਤੇ ਉੱਥੇ ਜਾ ਕੇ ਰਾਣੀ ਦੇ ਘਰ ਵਾਲੇ ਨੇ ਇਹ ਗੱਲਾਂ ਕਰਨੀਆਂ ਰਾਜੇ ਨਾਲ ਜਾਣੇ ਤਿੰਨ ਚਾਰ ਰਿਆਸਤਾਂ ਦੇ ਪਤਾ ਲੱਗ ਰਿਹਾ ਤਿੰਨ ਚਾਰ ਰਿਆਸਤਾਂ ਦੇ ਰਾਜੇ ਨਾਲ ਜਾਣੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਖ਼ਤ ਤੇ ਬੈਠੇ ਹੋਣਾ ਕਦੀ ਵੇਖਿਆ ਜੇ ਵੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੁਹਾਨੂੰ ਪੁੱਛ ਰਿਹਾ ਕਦੀ ਉਹਦੀ ਆਬਾ ਨੂੰ ਵੇਖਿਆ ਅਸੀਂ ਫੇਸਬੁੱਕ ਚੋਂ ਨਿਕਲਾਂਗੇ ਤੇ ਗੁਰੂ ਗੋਬਿੰਦ ਸਿੰਘ ਦੀ ਆਬਾ ਨੂੰ ਵੇਖਾਂਗੇ ਨਾ ਕਦੀ ਕਰਿਓ ਹੈ ਇੱਛਾ ਨੈਣ ਹਮਾਰੇ ਤਰਸਦੇ ਕਦ ਪੱਸੀ ਦੀਦਾ ਚਿਰ ਪਏ ਦਰਸ਼ਨ ਕਦੀ ਕਹੋ ਨਾ ਨੀਲੇ ਬਾਣੇ ਚ ਉਸ ਸਵਾ ਸੱਤ ਫੁੱਟ ਉੱਚੇ ਕੱਦ ਨੂੰ ਵੇਖਿਆ ਜੇ ਕਦੀ ਮੇਰਾ ਸਾਹਿਬ ਕਿਰਪਾ ਕਰੇ ਮੇਰੀ ਇਹ ਧੀਏ ਤੈਨੂੰ ਪਿਓ ਦੇ ਦਰਸ਼ਨ ਹੋਣ ਮੈਂ ਅਰਦਾਸ ਕਰਦਾ ਮੇਰੀ ਇੱਕ ਇੱਕ ਧੀ ਨੂੰ ਐਸਾ ਬਾਪ ਦੇ ਦਰਸ਼ਨ ਹੋ ਜਾਣ ਕਿ ਫਿਰ ਟੁੱਟੇ ਫੁੱਟੇ ਸਾਧਾਂ ਦੇ ਦਰਸ਼ਨ ਕਰਨ ਜਾਵੇ ਹੀ ਨਾ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਧ ਡਿੱਠੇ ਸੱਚੇ ਮਲ ਜਨਮ ਜਨਮ ਦੀ ਰਾਜੇ ਨਾਲ ਜਾਣੇ ਰਾਜੇ ਪਕੜੋ ਥੋੜਾ ਜਿਹਾ ਸਮਾਂ ਰਹਿ ਗਿਆ ਰਾਣੀ ਸਾਹਿਬ ਆ ਗਏ ਰਾਜੇ ਨਾਲ ਜਾਣੇ ਤੇ ਰਾਜਿਆਂ ਨੇ ਜਾ ਕੇ ਵੇਖਣਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੋਢੇ ਤੇ ਸੁਨਹਿਰੀ ਬਾਜ ਬੈਠਾ ਹੈ ਤੇ ਇੱਕ ਦੂਸਰੇ ਨਾਲ ਰਾਜਿਆਂ ਨੇ ਗੱਲਾਂ ਕਰਨੀਆਂ ਵੇਖੋ ਸਾਧ ਕੋਲ ਕਿੱਡਾ ਸੋਹਣਾ ਬਾਜ ਇਹ ਸ਼ਬਦ ਇਸ ਤਰ੍ਹਾਂ ਦੇ ਬੋਲਣੇ ਸਮਾਜ ਪਹਿਲੋਂ ਤੋਂ ਬੋਲਦੇ ਆਇਆ ਅੱਜ ਵੀ ਆਖੋ ਵਾਹਿਗੁਰੂ ਸਾਧ ਕੋਲ ਕਿੱਡਾ ਸੋਹਣਾ ਉਹਨਾਂ ਨੂੰ ਸਾਧ ਨਜ਼ਰ ਨਹੀਂ ਆਇਆ ਪਕੜ ਰਹੇ ਹੋ ਜੀ ਕੀ ਨਜ਼ਰ ਆਇਆ ਉਹਨਾਂ ਬਾਜ ਵੇਖਿਆ ਪਿੱਛੇ ਨੀਲਾ ਘੋੜਾ ਖਲੋਤਾ ਹੁੰਦਾ ਸੀ ਰਾਜਿਆਂ ਨੇ ਗੱਲਾਂ ਕਰਨੀਆਂ ਵੇਖੋ ਸਾਧ ਕੋਲ ਘੋੜਾ ਕਿੱਡਾ ਸੋਹਣਾ ਉਹਨਾਂ ਨੂੰ ਘੋੜਾ ਨਜ਼ਰ ਆਇਆ ਸਾਧ ਨਜ਼ਰ ਨਹੀਂ ਆਇਆ ਪ੍ਰਸ਼ਾਦੀ ਹਾਥੀ ਖਲੋਤਾ ਹੁੰਦਾ ਸੀ ਪਿੱਛੇ ਜਿਹੜਾ ਸੁੰਡ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੌਰ ਕਰਦਾ ਸੀ ਕਿੱਡਾ ਸੋਹਣਾ ਹਾਥੀ ਰੱਖਿਆ ਸਾਧ ਨੇ ਮਗਰ ਉਹ ਜਿਹੜੀ ਉਹਦੇ ਦੀਦਾਰ ਕਰਨ ਜਾਂਦੀ ਸੀ ਨਾ ਆਖੋ ਵਾਹਿਗੁਰੂ ਉਹਨੇ ਇਸ ਤਰ੍ਹਾਂ ਬੈਠੀ ਰਹਿਣਾ ਵੀਰ ਰਸ ਵਿੱਚ ਅੱਖਾਂ ਗੜ ਛੱਡਣੀਆਂ ਮੇਰੇ ਬਾਪ ਵਿੱਚ ਨਮੋ ਬਾਂਕ ਬੰਨ ਕੇ ਸੋਹਣਿਆਂ ਦੇ ਸੋਹਣੇ ਵੱਲ ਵੇਂਹਦੀ ਰਹਿਣਾ ਤੇ ਜਦੋਂ ਸ਼ਾਮ ਦੇ 5 ਵੱਜਣੇ ਤੇ ਰਾਜੇ ਨੇ ਆਖਣਾ ਰਾਣੀ ਹੁਣ ਚੱਲੀਏ ਆਖੋ ਵਾਹਿਗੁਰੂ ਰਾਣੀ ਹੁਣ ਤੇ ਕਿਤੇ ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਹਉ ਆਕਲ ਬਿਕਲ ਭਈ ਗੁਰ ਦੇਖੇ ਅਕਲ ਵਾਲੀ ਬੇਅਕਲ ਹੋ ਗਈ ਗੁਰੂ ਨੂੰ ਵੇਖਿਆ
ਅਕਲ ਚੋਂ ਅਕਲ ਮਤ ਬਿਨਾ ਮਤ ਹੈ, ਕੋਈ ਮਤ ਵਿੱਚ ਮਤ ਨਾ ਰਹਿਣੀ ਤੇ ਕਿਸੇ ਰੰਗ ਅਨੋਖੇ ਚ ਡੁੱਬੀ ਹੋਣਾ ਤੇ ਜਦੋਂ ਆਖਣਾ ਰਾਣੀ ਚਲੀਏ ਤੇ ਕਹਿਣਾ ਉਹਨਾਂ ਕਹਿਣਾ ਚਲੀਏ ਕਿੱਥੇ, ਰਾਣੀ ਨੇ ਕਹਿਣਾ ਕਿੱਥੇ, ਉਹਨਾਂ ਕਹਿਣਾ ਘਰ ਨੂੰ, ਤੇ ਕਿਸੇ ਅਗੰਮੀ ਮਸਤੀ ਚ ਡੁੱਬੀ ਨੇ ਆਖਣਾ ਘਰ ਹੀ ਤੇ ਆ ਗਈ ਹਾਂ। ਬੋਲਣਾ ਕੀ ਆਖਣਾ ਬਾਪ ਦੇ, ਓ ਸਾਹਮਣੇ ਮੇਰਾ ਬਾਪ ਬੈਠਾ ਹੈ, ਤੇ ਸੱਚੀ ਮੁੱਚੀ ਸਹੁਰੇ ਭਾਵੇਂ ਸੋਨੇ ਦੇ ਘਰ ਵਾਲੇ ਹੋਣ ਨਾ, ਧੀ ਨੂੰ ਕੁੱਲੀ ਹੋਵੇ ਬਾਪ ਦੀ ਤੇ ਕਹਿੰਦੀ ਇੱਥੇ ਮੈਨੂੰ ਸਕੂਨ ਜ਼ਿਆਦਾ ਮਿਲਦਾ। ਬਾਪ ਦੇ ਘਰ ਗਈ ਤੇ ਕਹਿੰਦੀ ਜਾਣਾ ਕਿੱਥੇ, ਘਰ ਹੀ ਤੇ ਆ ਗਈ ਆ। ਉਹ ਸੋਹਣਿਆਂ ਦੇ ਸੋਹਣੇ ਦਾ ਅੱਜ ਜ਼ਿਕਰ ਕਰ ਰਹੇ, ਮੇਰੇ ਵਾਹਿਗੁਰੂ ਤੂੰ ਸੋਹਣਿਆਂ ਦਾ ਵੀ ਸੋਹਣਾ ਹੈ, ਤੇਰੇ ਚਰਨਾਂ ਚ ਮੇਰੀ ਅਭੰਗੀ ਸਰੂਪੇ, ਜਿਹੜਾ ਤੇਰਾ ਸਰੂਪ ਆ ਉਹ ਕਦੀ ਭੰਗ ਨਹੀਂ ਹੋ ਸਕਦਾ। ਅਨੰਗੀ ਅਨਾਮੇ ਅੰਨਾ ਤੋਂ ਰਹਿਤ ਹੈ। ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦਾ ਮਾਲਕ ਹੈ ਨਾ, ਜਿਹੜਾ ਇਹਦੇ ਸਾਡੇ ਵਰਗੇ ਹੱਥ ਪੈਰ ਅੰਗ ਨਹੀਂ ਹੈਗੇ, ਮੰਨਦੇ ਹੋ ਕਿ ਨਹੀਂ? ਬੋਲੋ ਕੀ ਕਿਹਾ ਸੀ, ਕੀ ਕਿਹਾ ਸੀ? ਸਾਰੀ ਵਿਆਖਿਆ ਕਹਿੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ। ਜਾਪ ਸਾਹਿਬ ਆਖੋ ਵਾਹਿਗੁਰੂ ਕਹਿੰਦੀ ਜੀ ਕਿ ਕੋਈ ਜਟਾਵਾਂ ਵਾਲਾ ਸਾਧ ਹੈ ਜਿਹਦੀ ਗੱਲ ਕੀਤੀ ਜਾ ਰਹੀ? ਬੋਲੋ ਨਾ ਜੀ, ਕਿਹਦੀ ਕੀਤੀ? ਸਾਰੀ ਵਿਆਖਿਆ ਸ਼ਬਦ ਦੀ, ਸ਼ਬਦ ਸਰੂਪ ਨੂੰ ਨਿਰੂਪਣ ਕਰ ਰਹੇ। ਆਖੋ ਵਾਹਿਗੁਰੂ। ਅਨੰਗੀ ਅਨਾਮੇ ਅੰਨਾ ਤੋਂ ਰਹਿਤ ਹੈ, ਤੇ ਨਾਮ ਤੋਂ ਵੀ ਰਹਿਤ ਹੈ ਤੇਰੇ ਚਰਨਾਂ ਚ ਮੇਰੀ। ਇਹਨਾਂ ਨੂੰ ਮੈਂ ਸਵੇਰੇ ਦੱਸਿਆ ਅਸੀਂ ਜੰਮੂ ਕਥਾ ਕਰਨ ਗਏ, 5 ਮਿੰਟ ਬਾਕੀ ਸੁਣੇ ਹੋ। ਆਖੋ ਵਾਹਿਗੁਰੂ। ਜੰਗਲ ਵਿੱਚ ਬਾਬਾ ਬੰਦਾ ਸਿੰਘ ਦੀ ਅਸਥਾਨ ਬਣਿਆ, ਜੇ ਤੁਹਾਡੇ ਚੋਂ ਕੋਈ ਗਿਆ ਜੰਮੂ, ਬਾਬਾ ਬੰਦਾ ਸਿੰਘ ਦਾ ਅਸਥਾਨ ਚਨਾਹ ਦਰਿਆ ਦੇ ਕੰਢੇ ਤੇ, ਬੜੀ ਰਮਣੀਕ ਜਗ੍ਹਾ ਜਿੱਥੇ ਬਾਬਾ ਜੀ ਨੇ ਤਪ ਕੀਤਾ ਬਾਬਾ ਬੰਦਾ ਸਿੰਘ ਨੇ। ਉਹਦੇ ਦਰਸ਼ਨ ਕਰਨ ਗਏ ਸਾਡੇ ਨਾਲ ਕੁਝ ਪਰਿਵਾਰ ਗਏ, ਕੇਸਕੀ ਵਾਲੀ ਬੀਬੀ, ਭੈਣ, ਬੱਚੇ ਉਹਦੇ, ਇੱਕ ਉਹਨਾਂ ਦੇ ਵਿੱਚ ਜੀਵ ਆਤਮਾ ਸੀ ਉਹਨਾਂ ਦੀ ਬੱਚੀ। ਆਖੋ ਵਾਹਿਗੁਰੂ। ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਉਹਨਾਂ ਨੂੰ ਤੁਸੀਂ ਕਹਿੰਦੇ ਸਿੱਧਾ ਹੈ। ਕੀ ਜੀ? ਤੁਸੀਂ ਫਿਰ ਕੀ ਹੋ? ਨਹੀਂ ਇਸ ਤਰ੍ਹਾਂ ਨਾ, ਚਿੱਥ ਕੇ ਜਿਹਦੇ ਰੱਬ ਦੇ ਪਿਆਰੇ ਹੁੰਦੇ ਨਾ ਮਸਤ ਜੇ, ਉਹਨਾਂ ਨੂੰ ਤੁਸੀਂ ਕੀ ਕਹਿੰਦੇ? ਫਿਰ ਤੁਸੀਂ ਕੀ ਮੰਨਦੇ ਆਪਣੇ ਆਪ ਨੂੰ? ਪੁੱਠੇ ਜਿਹੜਾ ਰੱਬ ਵੱਲ ਤੁਰ ਪਿਆ ਉਹ, ਤੇ ਫਿਰ ਅਸੀਂ ਮੰਨਦੇ ਹਾਂ ਨਾ ਵੀ ਅਸੀਂ ਉਹ। ਬੋਲੋ ਗੁਰੂ ਕੇ ਸਿੱਖੋ, ਸੰਗਿਆ ਨਾ ਕਰੋ, ਆਪਾਂ ਭੈਣ ਭਰਾ ਬੈਠੇ ਬੀਬੀਓ ਬੋਲੋ। ਜੇ ਇਹੋ ਜਿਹੇ ਰੱਬ ਵਿੱਚ ਰੰਗੀ ਰੂਹ ਨੂੰ ਆਪਾਂ ਕਹਿੰਦੇ ਇਹ ਸਿੱਧਾ ਜਿਹਾ ਹੈ, ਤੇ ਆਪਣੇ ਆਪ ਨੂੰ ਕੀ ਕਹਿ ਰਹੇ ਹੋ? ਆਪ ਹੀ ਮੰਨਦੇ ਹੋ ਨਾ ਵੀ ਅਸੀਂ ਪੁੱਠੇ। ਟੇਢੀ ਪਾਗ ਟੇਢੇ ਚੱਲੇ ਲੱਗੇ ਵੀਰੇ ਖਾਣ, ਆਪਣੇ ਆਪ ਨੂੰ ਮੰਨ ਰਹੇ ਵੀ ਅਸੀਂ ਤੇ ਪੁੱਠੇ ਹਾਂ? ਇਹ ਸਿੱਧੇ, ਉਹ ਸਿੱਧੀ ਜਿਹਨੂੰ ਕੁੜੀ ਨੂੰ ਕਹਿੰਦੇ ਸੀ, ਉਹ ਚੌਂਕੜਾ ਮਾਰ ਕੇ ਬਹਿ ਗਈ, ਨਾਮ ਜਪਣ ਲੱਗ ਪਏ, ਪ੍ਰਸ਼ਾਦਾ ਵਰਤਣਾ ਸੀ। ਆਖੋ ਵਾਹਿਗੁਰੂ। ਉਹ ਪੰਗਤ ਵਿੱਚ ਬੈਠੀ ਨੂੰ ਮੇਰੇ ਇੱਕ ਸਾਥੀ ਨੇ ਪੁੱਛਿਆ ਤੇਰਾ ਨਾਂ ਕੀ ਆ? ਆਖੋ ਵਾਹਿਗੁਰੂ। ਕੀ ਤੇ ਪਤਾ ਕੀ ਬੋਲੀ? ਉਹਦੇ ਚਿਹਰੇ ਤੋਂ ਤੁਹਾਨੂੰ ਉਹਦੀ ਫੋਟੋ ਵਿਖਾਓ ਮੇਰੇ ਕੋਲ ਹੈਗੀ, ਉਹਦੇ ਚਿਹਰੇ ਤੋਂ ਕੁਦਰਤ ਹੱਸੇ। ਸੱਚੀ ਮੁੱਚੀ ਜਿਹੜੇ ਵਾਲ ਫੇਰ ਵਾਲੇ ਨਹੀਂ ਨੇ ਹੁੰਦੇ ਉਹਨਾਂ ਦੇ ਚਿਹਰੇ ਬੜੇ ਸੁੰਦਰ ਹੁੰਦੇ।
ਸਾਡੇ ਵਲ ਫੇਰ ਤੇ ਬੇਈਮਾਨੀਆਂ ਨੇ ਸਾਨੂੰ ਕਰੂਪ ਕਰਤਾ। ਜਿੱਥੇ ਸਾਡੀ ਸੁਰਤ ਕਰੂਪ ਹੋਈ ਉੱਥੇ ਸਾਡਾ ਚਿਹਰਾ ਵੀ ਕਰੂਪ ਹੋ ਗਿਆ। ਇਹ ਬੇਈਮਾਨੀਆਂ ਤੇ ਚੁਗਲੀ ਤੇ ਨਿੰਦਾ ਨੇ ਕੀਤਾ ਕਰੂਪ। ਆਖੋ ਵਾਹਿਗੁਰੂ। ਤਾਂ ਬਾਬੇ ਨੇ ਕਿਹਾ ਜੋ ਨਾ ਭਜੰਤੇ ਨਰੈਣਾ ਤਿਨਕਾ ਮੈਂ ਨਾ ਕਰੂੰ। ਐਵੇਂ ਨੀ ਰੱਬ ਨੇ ਕਿਹਾ ਵੀ ਮੈਂ ਉਹਨਾਂ ਦਾ ਦਰਸ਼ਨ ਵੀ ਨਹੀਂ ਕਰਦਾ ਜਿਹੜੇ ਲੋਕੀ ਰੱਬ ਦਾ ਨਾਮ ਨਹੀਂ ਜਪਦੇ, ਮੱਥੇ ਹੀ ਨਹੀਂ ਲੱਗਦਾ, ਕਿੰਨਾ ਬੁਰਾ ਲੱਗਦਾ ਹੋਊਗਾ। ਖੈਰ ਉਹ ਬੱਚੀ ਨੂੰ ਪੁੱਛਿਆ ਤੇਰਾ ਨਾਮ ਕੀ ਹੈ, ਬੋਲੋ ਜੀ ਕੀ ਪੁੱਛਿਆ ਨਾਮ ਕੀ ਹੈ। ਤੇ ਪਤਾ ਉਹ ਕੁਦਰਤ ਮੂੰਹ ਤੋਂ ਹੱਸ ਕੇ ਕਹਿੰਦੀ ਆਪ ਹੀ ਬਤਾਓ ਮੇਰਾ ਨਾਮ ਕਿਆ ਹੈ। ਨਹੀਂ ਪਤਾ ਲੱਗਾ, ਪਤਾ ਲੱਗ ਗਿਆ ਪੁੱਤ ਆਪ ਹੀ ਬਤਾਓ ਮੇਰਾ ਬੜਾ ਜਪਦੇ ਜੋ ਲੋਕੋ ਮੇਰਾ ਨਾਮ, ਮਗਰ ਰੱਬ ਪੁੱਛਦਾ ਬੁੱਝੋ ਮੇਰਾ ਨਾਮ ਕੀ। ਇੱਥੇ ਵੀ ਲਿਖਿਆ ਅਨੰਗੀ ਅਨਾਮੇ, ਅੰਨਾ ਤੋਂ ਵੀ ਰਹਿਤ ਹੈ ਨਾਮ ਤੋਂ ਵੀ ਰਹਿਤ ਹੈ ਤੇਰੇ ਚਰਨਾਂ ਚ ਮੇਰੀ ਤਿਰਭੰਗੀ, ਤਿੰਨਾਂ ਭਵਨਾਂ ਨੂੰ ਭੰਗ ਕਰਨ ਵਾਲਾ ਹੈ, ਤਿਰਕਾਲੇ ਤਿੰਨਾਂ ਕਾਲਾਂ ਨੂੰ, ਪਿੱਛੇ ਜਿਹੜਾ ਬੀਤ ਗਿਆ ਅੱਜ ਜਿਹੜਾ ਚੱਲ ਰਿਹਾ ਤੇ ਅੱਗੇ ਆਉਣ ਵਾਲਾ, ਉਹਨਾਂ ਤਿੰਨਾਂ ਦੇ ਵਿੱਚ ਸੁਭਾਵਾਨਾ ਤੇਰੇ ਚਰਨਾਂ ਚ ਮੇਰੀ ਅਨੰਗੀ, ਫਿਰ ਅੰਗਾਂ ਤੋਂ ਰਹਿਤ ਅਕਾਮੇ, ਤੈਨੂੰ ਕੋਈ ਕਾਮਨਾ ਵੀ ਨਹੀਂ ਤੇਰੇ ਚਰਨਾਂ ਵਿੱਚ ਮੇਰੀ। ਇਹ ਜਾਪ ਸਾਹਿਬ ਦੀ ਅੰਮ੍ਰਿਤ ਬਾਣੀ ਹੈ। ਜਿੱਦਣ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾ, ਉਦਣ ਜਦੋਂ ਜਪਜੀ ਸਾਹਿਬ ਦੇ ਵਿੱਚੋਂ ਸ਼ਾਂਤੀ ਸਾਰੀ ਭਰ ਦੇਣੀ। ਜਪਜੀ ਸਾਹਿਬ ਦੀ ਪਹਿਲੀ ਬਾਣੀ ਜਿਹੜੀ ਹੈ ਨਾ ਅੰਮ੍ਰਿਤ ਵਿੱਚ ਕੀ ਭਰਦੀ, ਸ਼ਾਂਤੀ ਬ੍ਰਹਮ ਗਿਆਨ ਭਰਦੀ। ਮਗਰ ਜਦੋਂ ਦੂਸਰੀ ਵਾਰ ਕੋਈ ਸਿੰਘ ਚੜ੍ਹਦੀ ਕਲਾ ਵਾਲਾ ਵੀਰ ਰਸ ਵਿੱਚ ਵਿਕੇ ਗੋਡਾ ਸੱਜਾ ਲਾ ਕੇ ਖੱਬਾ ਉੱਤੇ ਚੁੱਕ ਕੇ ਖੰਡਾ ਫੇਰਦਾ ਤੇ ਪੜਦਾ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਸਮਝੋ ਬਿਜਲੀ ਭਰੀ ਜਾ ਰਹੀ ਸਿੱਖ ਦੀ ਜ਼ਿੰਦਗੀ ਚ। ਇਹ ਉਹ ਅੰਮ੍ਰਿਤ ਬਾਣੀ ਹੈ ਜਿਹਦੀ ਕਥਾ ਚੱਲ ਰਹੀ। ਦੋ ਛੰਦ ਰਹਿ ਗਏ ਨੇ, ਇੱਕ ਅਖਰੀ ਤੇ ਭਜੰਗ ਪ੍ਰਿਆਤ ਪਿਛਲਾ। ਇਹ ਦੋ ਦਿਨਾਂ ਦੇ ਵਿੱਚ ਬਰਜਿੰਦਰ ਸਿੰਘ ਦੱਸੂਗਾ ਹੁਣ ਕਿਹੜੇ ਕਿਹੜੇ ਟਾਈਮ ਤੇ ਕਥਾ ਹੈ। ਕੱਲ ਤੇ ਛੁੱਟੀ ਆ, ਦੂਸਰੇ ਦੋਵਾਂ ਦਿਨਾਂ ਦੇ ਵਿੱਚ ਜਦੋਂ ਵੀ ਕਥਾ ਹੋਈ ਹੈ ਛੰਦ ਪੂਰੇ ਹੋ ਜਾਣੇ ਨੇ। ਇੱਧਰੋਂ ਜਾਪ ਸਾਹਿਬ ਦੀ ਅੰਮ੍ਰਿਤ ਬਾਣੀ ਪੂਰੀ ਹੋ ਜਾਣੀ, ਦਿੱਲੀ ਤੋਂ ਸ਼ੁਰੂ ਕੀਤੀ ਬੰਗਲਾ ਸਾਹਿਬ ਤੋਂ। ਸਤਿਗੁਰੂ ਕਿਰਪਾ ਕਰੇ ਸਿੱਖਾਂ ਦੇ ਮਨ ਵਿੱਚ ਜਾਪ ਸਾਹਿਬ ਪ੍ਰਤੀ ਪ੍ਰੇਮ ਪੈਦਾ ਹੋਵੇ। ਹਰ ਸਿੱਖ ਨਿਤਨੇਮ ਦੇ ਵਿੱਚ ਜਾਪ ਸਾਹਿਬ ਜ਼ਰੂਰ ਪੜ੍ਹੇ, ਪੰਜ ਪਿਆਰੇ ਸਾਹਿਬਾਨਾਂ ਦਾ ਹੁਕਮ ਵੀ ਆ। ਸਤਿਗੁਰੂ ਕਿਰਪਾ ਕਰਨ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਪਰਿਵਾਰਾਂ ਸਮੇਤ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਆਪਾਂ ਦਿਨ ਵੀ ਕਿਹੜਾ ਮਨਾ ਰਹੇ ਹਾਂ ਕਿ ਚੇਤਾ ਹੀ ਨਹੀਂ, ਨਗਰ ਕੀਰਤਨ ਕਿਹਦਾ ਨਿਕਲ ਰਿਹਾ ਬੋਲੋ ਤਾਂ ਸਹੀ। ਜੇ ਵਿਸਾਖੀ ਦਾ ਤਾਂ ਵਿਸਾਖੀ ਵਾਲੇ ਦਿਨ ਕੀ ਹੋਇਆ ਸੀ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ ਸਰਕਾਰ ਨੇ ਪਹਿਲੀ ਵਾਰ। ਇਸ ਮਨੁੱਖਤਾ ਨੂੰ ਆਖਿਆ ਸੀ ਪੀਓ ਪਵਲ ਹੋਏ, ਜਨਮ ਸਹੇਲਾ ਆਉਣ ਦੀ ਗਰੰਟੀ ਦਿੱਤੀ ਸੀ ਜਿਹੜਾ ਜਿਹੜਾ ਬੰਦਾ ਅੰਮ੍ਰਿਤ ਛਕ ਲੂਗਾ। ਮੈਂ ਕਈ ਵਾਰ ਸਟੇਜ ਤੋਂ ਆਖਿਆ ਸ਼ਰਾਬ ਪੀਣ ਵਾਲੇ ਮੈਂ ਹਜ਼ਾਰਾਂ ਪਰਿਵਾਰ ਤੁਹਾਨੂੰ ਦੱਸਦਾ ਜਿਹੜੇ ਉੱਜੜ ਗਏ। ਕੀ ਆਖਿਆ ਮੈਂ, ਡਰਦੇ ਕਿਉਂ ਜੇ ਬੋਲੋ ਤੁਸੀਂ, ਸ਼ਰਾਬੀਆਂ ਤੋਂ ਡਰਦੇ ਹੋ, ਗੁਰੂ ਕੋਲੋਂ ਡਰੋ। ਸ਼ਰਾਬ ਪੀਣ ਵਾਲੇ ਹਜ਼ਾਰਾਂ ਘਰ ਮੈਂ ਗਿਣਾ ਦਿੰਦਾ ਤੁਹਾਡਾ ਚੌਕੀਦਾਰ, ਜਿਹੜੇ ਉੱਜੜ ਗਏ। ਤੁਸੀਂ ਇੱਕ ਪਰਿਵਾਰ ਮੈਨੂੰ ਦੱਸੋ ਜਿਨ੍ਹਾਂ ਨੇ ਅੰਮ੍ਰਿਤ ਪਰਿਵਾਰ ਨੇ ਛਕ ਲਿਆ ਹੋਵੇ ਤੇ ਉਹਨਾਂ ਦਾ ਵਾਲ ਵੀ ਮਿੰਦਾ ਹੋਇਆ ਹੋਵੇ। ਇੰਨੀ ਰਹਿਮਤ ਆ ਅੰਮ੍ਰਿਤ ਦੇ ਵਿੱਚ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੀਆਂ ਖੁਸ਼ੀਆਂ ਲਈਏ, ਭੁੱਲਾਂ ਨਾ ਚੁਕਾਰਿਓ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।